ਜਿਨ੍ਹਾਂ ਨੇ ਤਰਮੀਮ ਪਾਸ ਕਰੀ ਹੈ ਵਿੱਚੇ ਕਾਂਗਰਸੀ ਕਹਿੰਦੇ ਨੇ ਵਾਕ ਆਊਟ ਕਰ ਗਏ ਸੀ ਵਿੱਚ ਕੋਈ ਹੋਰ ਜਿਹੜਾ ਵੀ ਬੈਠਿਆ ਇਹਦਾ ਮਤਲਬ ਉਹਨਾਂ ਨੇ ਕਾਨੂੰਨ ਨੂੰ ਪੜਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਾਨੂੰਨ ਕਾਰਿਆਂ ਨੇ ਕਾਨੂੰਨ ਕਾਰਿਆਂ ਨੂੰ ਕਾਨੂੰਨ ਦਾ ਤਾਂ ਪਤਾ ਹੋਣਾ ਚਾਹੀਦਾ ਸੀ ਇਹ ਜਿਹੜਾ ਬਦਲਾਅ ਉਹਨਾਂ ਨੇ ਕਰੇ 125 ਇਹ ਪਾਈ ਹੈ ਇਹ ਪੰਜਾਬ ਦੀ ਅਸੈਂਬਲੀ ਕੋਲ ਕੋਈ ਅਧਿਕਾਰ ਨਹੀਂ 125 ਇਹ ਪਾਉਂਦਾ ਹਮ ਕਿਉਂਕਿ ਜਿਹੜਾ ਸ਼੍ਰੋਮਣੀ ਕਮੇਟੀ ਹੈ ਇਹ ਬਾਡੀ ਕਾਰਪੋਰੇਟ ਹੈ ਇਹਦੇ ਉੱਤੇ ਜਿਹੜਾ ਸ਼੍ਰੋਮਣੀ ਕਮੇਟੀ ਦੇ ਕੰਮ 'ਚ ਕੋਈ ਇਹ ਉੱਥੇ ਕਮੇਟੀ ਬਣਾਉਣ ਦਾ ਪਾਦ ਦੇ ਉਸੇ ਚੈਪਟਰ ਦੇ ਵਿੱਚ ਤੀਜਾ ਹਿੱਸਾ ਹੈ ਕਾਨੂੰਨ ਦਾ ਪਹਿਲਾ ਦੂਜਾ ਉਹਦੇ ਚ ਹੈ ਹੀ ਨਹੀਂ ਕਾਰਪੋਰੇਟ ਚ ਤੀਜੇ ਹਿੱਸੇ ਚ ਵੀ ਕਦੀ ਸ਼੍ਰੋਣੀ ਕਮੇਟੀ ਉਹਦੇ ਚ ਆਇਆ ਅਕਾਲ ਤਖਤ ਤੋਂ ਉਹਦੇ ਵਿੱਚ ਨਹੀਂ ਹੈ ਕਮੇਟੀਆਂ ਉਹਦੇ ਵਿੱਚ ਨਹੀਂ ਕਿਤੇ ਉੱਥੇ ਕਮੇਟੀ ਬਣਾਉਣ ਦੇ ਵੀ ਭਾਈ ਇਹਦੇ ਚ ਜਿਹੜਾ ਹੈਗਾ ਸ਼੍ਰੋਣੀ ਕਮੇਟੀ ਦੇ ਵੀ ਮੈਂਬਰ ਹੋਣਗੇ ਸਿੱਖ ਸੰਸਥਾਵਾਂ ਦੇ ਵੀ ਹੋਣਗੇ ਕਿ ਸਰਕਾਰ ਦੇ ਵੀ ਦੋ ਨੁਮਾਇंदे ਹੋਣਗੇ ਉਹ ਫੈਸਲਾ ਕਰਨੀ ਉਹ ਵੀ ਗੁਰਵਾਨੀ ਸਾਹਿਬ ਨੂੰ ਮਿਲੇ ਨਾਲੇ ਉਹ ਸੈਟ ਸਾਈਟ ਨਹੀਂ ਹੋਣਾ ਸੀ ਨਾਲੇ ਗਵਰਨਰ ਸਾਹਿਬ ਨੂੰ ਰੋਕ ਨਹੀਂ ਸਕਦੇ ਸੀ ਤੇ ਹੁਣ ਜਿਹੜਾ ਹੈਗਾ ਐਸਜੀਪੀਸੀ ਵਾਲੇ ਜਾ ਕੇ ਮੈਨੂੰ ਚਲੇ ਗਏ ਗਵਰਨਰ ਸਾਹਿਬ ਨੂੰ ਕਿ ਜੀ ਤੁਸੀਂ ਇਸ ਨੂੰ ਇੱਥੇ ਮੋਹਰ ਨਾ ਲਾਇਓ ਗਵਰਨਰ ਸਾਹਿਬ ਤੇ ਮੋਹਰ ਲਾਈ ਨਹੀਂ ਸਕਦੇ ਕਿਉਂਕਿ ਇਹ ਐਕਟ ਪੰਜਾਬ ਦੀ ਅਸੈਂਬਲੀ ਦਾ ਹੈ ਹੀ ਨਹੀਂ ਪਾਸ ਹੀ ਨਹੀਂ ਕਰ ਸਕਦੇ ਇਦਾਂ ਜਿਹੜਾ ਅਮੈਂਡਮੈਂਟ ਹੈ ਐਕਟ ਸਟੇਟ ਦਾ ਹੈ ਐਕਟ ਦੇ ਵਿੱਚੋਂ ਇੱਕ ਹਿੱਸਾ ਉਹਨਾਂ ਕੋਲ ਹੈ ਜਿਵੇਂ ਆਪਾਂ ਇੱਕ ਇਸਾ ਕਰਾਇ ਤੇ ਦੇ ਦੀਏ ਫਿਰ ਆਪਾਂ ਉਸ ਤੇ ਪੈਰ ਧਰ ਸਕਦੇ ਸੋ ਇਸ ਕਰਕੇ ਉਹ ਜਿਹੜਾ ਹਿੱਸਾ ਹੈ ਉਹਦੇ ਵਿੱਚ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਮਨਜ਼ੂਰੀ ਜ਼ਰੂਰੀ ਹੈ ਉਦੋਂ ਮੈਂ ਕਹ ਨਹੀਂ ਇਹ ਫਿਰ ਪਾਸ ਹੋਣਾ ਸੋ ਇਹ ਤਾਂ ਟੋਬੇ ਟਸਰਤੀ ਸੋ ਇਸ ਤਰੀਕੇ ਦੇ ਨਾਲ ਪਰ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਜਿੰਨਾ ਟੀਵੀ ਤੋਂ ਟੀਵੀ ਤੋਂ ਹੋ ਰਹੇ ਨੇ ਮੈਨੋਂ ਮੈ ਨਹੀਂ ਹੋ ਰਹੇ ਨੇ ਕੁਝ ਵੀ ਕਰ ਰਹੇ ਨੇ ਮੈਨੂੰ ਇਹ ਲੱਗਦਾ ਵੀ ਭਗੰਤ ਮਾਨ ਪ੍ਰਤਾਪ ਸਿੰਘ ਕੈਰੋਂ ਵਾਲੇ ਜਗਿਆਨੀ ਗਾਇਤ ਸਿੰਘ ਵਾਲੇ ਰਸਤੇ ਆ ਗਿਆ ਪ੍ਰਤਾਪ ਸਿੰਘ ਕੈਰੋਂ ਨੇ ਮਾਨ ਸੇਵਾਦਾਸ ਖੜਾ ਕਰਿਆ ਸੀ ਕਿ ਉਸ ਨੇ ਆਪਣਾ ਇੱਕ ਕਾਗੀ ਦਲ ਬਣਾਇਆ ਸੀ ਤੋ ਇਸ ਕਰਕੇ ਜਿਹੜਾ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਸਿੱਖਾਂ ਦੇ ਧਾਰਮਿਕ ਮਾਮਲੇ ਨੇ ਉਹਨਾਂ ਮਾਮਲਿਆਂ 'ਚ ਸਟੇਟ ਦੀ ਦਖਲਅੰਦਾਜ਼ੀ ਹੈ ਜਿਹੜੀ ਇਹ ਸਭ ਤੋਂ ਵੱਡਾ ਖਤਰਨਾਕ ਰੁਝਾਨ ਹੈ ਜੇ ਸਟੇਟ ਚਾਹੇ ਉਹ ਚੰਗਾ ਵੀ ਕਰਦੀ ਹੈ ਮੈਂ ਕਹਿੰਦਾ ਕੱਲ ਨੂੰ ਇਹ ਕਹਿੰਗੇ ਅਸੀਂ ਤੁਹਾਡੇ ਲੰਗਰ ਦਾ ਪ੍ਰਬੰਧ ਕਰਾਂਗੇ ਗੁਰਦੁਆਰਿਆਂ 'ਚ ਕਿ ਇਹਨਾਂ ਨੂੰ ਕੀ ਹੱਕ ਹੈ ਲੰਗਰ ਦਾ ਸਟੇਟ ਨੂੰ ਬਤਾਰ ਸਟੇਟ ਲੰਗਰ ਦਾ ਪ੍ਰਬੰਧ ਕਰਨ ਦਾ ਕੀ ਹੱਕ ਹੈ ਸਟੇਟ ਨੂੰ ਬਤਾਰ ਸਟੇਟ ਉੱਥੇ ਵੀ ਸਰੋਵਰ ਦੇ ਵਿੱਚ ਨਹਾਣਗੇ ਕਿੰਨੇ ਲੋਕ ਇਹਦਾ ਕੀ ਉਹਨਾਂ ਨੂੰ ਪ੍ਰਬੰਧ ਦਾ ਹੱਕ ਹੈ ਉਹਦੇ ਅੰਦਰ ਕੌਣ ਜਾਏਗਾ ਇਹਦਾ ਸਟੇਟ ਨੂੰ ਕੀ ਹੱਕ ਹੈ ਵੀ ਅਸੀਂ ਚੈੱਕ ਕਰਾਂਗੇ ਸਿਕਿਉਰਿਟੀ ਦੇ ਨਾਂ ਤੇ ਕਹਿ ਦੇਣ ਇਟ ਕੋਈ ਇਹ ਤਾਂ ਫਿਰ ਸਿੱਧੇ ਹੀ ਗੜਬੜ ਕਰਨੀ ਹੋਗੀ ਨਾ ਹੈ ਕੱਲ ਨੂੰ ਕਰਾਂਗੇ ਅਸੀਂ ਇਹਨਾਂ ਦਾ ਲੰਗਰ ਚੈੱਕ ਕਰਾਂਗੇ ਵੀ ਤਾਂ ਪਤਾ ਨਹੀਂ ਰੋਟੀ ਅੱਛਾ ਸਾਫ਼ ਵੀ ਖਲੌਂਦੇ ਨੇ ਕਿ ਨਹੀਂ ਕਿ ਆ ਫੂਡ ਸੇਫਟੀ ਐਂਡ ਸਿਕਿਉਰਿਟੀ ਐਕਟ ਬਣਿਆ ਹੋਇਆ ਤੇ ਉਹਦੇ ਅੰਡਰ ਕਹਿਣ ਅਸੀਂ ਤੁਹਾਡਾ ਕੀ ਚੈੱਕ ਕਰਾਂਗੇ ਵੀ ਕੀ ਤੁਹਾਡਾ ਸਾਫ਼ ਵੀ ਹੁੰਦਾ ਕਿ ਤੁਸੀਂ ਖਰਾਬੀ ਕੋਈ ਕਰਾਈ ਜਨ ਲੋਕਾਂ ਨੂੰ ਇੱਥੇ ਦਾਲ ਚੈੱਕ ਕਰਾਂਗੇ ਇਹ ਜਿਹੜਾ ਤਾਂ ਤਰੀਕਾ ਨਾ ਆਹ ਫਿਰ ਜੇ ਦਖੰਡਾ ਜੀ ਕਰਨੇ ਸਟੇਟ ਕਦੇ ਵੀ ਕਰ ਸਕਦੀ ਐ ਤੇ ਜਿਹੜਾ ਕਹੀਆਂ ਨੂੰ ਅਖਤ ਕਦੇ ਨਹੀਂ ਡੁੱਬੋ ਮੇਰੀ ਗੱਲ ਵੀ ਨੌਜੀ ਆਏ ਹੁਣ ਕੀ ਥੋੜਾ ਚੈੱਕ ਕਰਨ ਜਾਣਗੇ ਉਹ ਭਾਈ ਆਜੇ ਗੁਰਬਾਣੀ ਵਾਲਾ ਐਕਟ ਆ ਪਾਸ ਕਰਿਆ ਇਹ ਕੋਈ ਸੋਚਦਾ ਸੀ ਵੀ ਆਏ ਪਾਸ ਕਰਨਗੇ ਇਹ ਅਪੀਲ ਕਰ ਦਿੰਦੇ ਕਹਿ ਦਿੰਦੇ ਸ਼੍ਰੋਮਣੀ ਕਮੇਟੀ ਨੂੰ ਕੋਈ ਚਿੱਠੀ ਲਿਖ ਦਿੰਦੇ ਇਹ ਤਾਂ ਮੰਦੀਆਂ ਗੱਲਾਂ ਵੀ ਲੋਕਾਂ ਦਾ ਰੌਲਾ ਪੈ ਰਿਹਾ ਤੁਸੀਂ ਆਪ ਦੇ ਆਪ ਹੀ ਕਮੇਟੀ ਕਾਡਾ ਅਜੰਡਾ ਬਣਾ ਕੇ ਥੋੜੇ ਆਪ ਪਾਰਟੀ ਕੋਲੇ ਸਿੱਖੀ ਦਾ ਕਿਹੜਾ ਕਾਰ ਹੈ ਦੱਸਿ ਹੂੰ ਮਾ ਕਿਹੜੇ 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 ਦਿਸ਼ਾ ਤੋਂ ਕਹਿ ਰਹੀ ਆ ਉਹਨਾਂ ਚ ਸਿੱਖ ਹੋ ਸਕਦੇ ਨੇ ਕਹਿੰਦੇ ਸਾਨੂੰ ਸਿੱਖਾਂ ਨੇ ਵੋਟਾਂ ਪਾਈਆਂ ਨੇ ਵੋਟਾਂ ਤਾਂ ਸਿੱਖਾਂ ਨੇ ਬਥੇਰੇਆਂ ਨੂੰ ਪਾਈਆਂ ਨੇ ਕਾਂਗਰਸ ਨੂੰ ਵੀ ਪਾਉਂਦੇ ਨੇ ਸਿੱਖ ਤਾਂ ਹੁਣ ਐਸ ਕੀ ਟਵਣੋ ਜਿਤਾਤਾ ਪਹਿਲਾਂ ਕਾੜੀਆਂ ਨੂੰ ਜਿਤਾ ਦਿੰਦੇ ਸੀ ਕਦੇ ਕਾਂਗਰਸ ਨੂੰ ਜਦੋਂ ਬੀਜੇਪੀ ਨੂੰ ਵੀ ਪਾ ਦਿੰਦੇ ਨੇ ਤਾਂ ਫਿਰ ਬੀਜੇਪੀ ਸਿੱਖ ਹੋ ਗਈ ਸੋ ਇਹ ਜਿਵੇਂ ਵੋਟਾਂ ਵਾਲਾ ਆਰਗੂਮੈਂਟ ਦੇਣੇ ਕਿ ਸਾਨੂੰ ਸਿੱਖਾਂ ਨੇ ਵੋਟਾਂ ਬੜੀਆਂ ਪਾਈਆਂ ਨੇ ਤੁਸੀਂ ਸਰਕਾਰ ਹੋ ਕਿ ਤੁਸੀਂ ਸਰਕਾਰ ਕਿਸੇ ਵੀ ਤਰ੍ਹਾਂ ਕਿਸੇ ਵੀ ਮਾਪਦੰਡ ਤੇ ਮੈਂ ਵੀ ਕਹਿਣ ਨੂੰ ਚਾਹਾਂ ਇਹ ਕਹਿੰਦੇ ਨੇ ਸਾਰੇ ਨੂੰ ਕਿਸੇ ਵੀ ਮਾਪਦੰਡ ਤੇ ਇਹ ਸਿੱਖਾਂ ਦਾ ਜਿਹੜਾ ਸਿੱਖਾਂ ਦੇ ਧਾਰਮਿਕ ਸੰਸਨ ਦਖਨਦਜੀ ਦਾ ਇਹਨਾਂ ਨੂੰ ਕੋਈ ਹੱਕ ਨਹੀਂ ਹੈ ਪਰ ਹਾਂ ਕੋ ਸੇਵਕ ਦੇ ਤੌਰ ਤੇ ਜਾਣਾ ਉਹ ਗੱਲ ਵੱਖਰੀ ਹੈ ਉਹ ਭਾਵੇਂ ਫਿਰ ਜਿਹੜਾ ਮਰਜ਼ੀ ਹੋਵੇ ਉਹਦੇ ਤਾਂ ਕੋਈ ਫਰਕ ਨਹੀਂ ਪੈਂਦਾ ਤੁਸੀਂ ਦਾੜੀ ਰੱਖੀ ਹੈ ਨਹੀਂ ਰੱਖੀ ਤੁਸੀਂ ਸਿੱਖ ਹੈਗੇ ਹੋ ਨਹੀਂ ਹੈਗੇ ਉਹ ਤਾਂ ਸਾਰੇ ਵਾਸਤੇ ਖੁੱਲ੍ਹਾ ਹੈ ਆਦਰਵਾਈਜ਼ ਉਸੇ ਦਖਨਦਜੀ ਦਾ ਇਹਨਾਂ ਨੂੰ ਕੋਈ ਹੱਕ ਨਹੀਂ ਜੇ ਦਖਨਦਜੀ ਕਰਨਗੇ ਤਾਂ ਉਹੀ ਜੀ ਹੋਏਗੀ ਜੇ ਜੀ ਕਿਸੇ ਜ਼ਮਾਨੇ ਚ ਮਾਨਤਾ ਨੂੰ ਬਿਠਾਇਆ ਸੀ ਇਸ ਨੇ ਆਪਣਾ ਗ੍ਰੇਡ ਨੇ ਕਿ ਫਿਰ ਉਹਨਾਂ ਤੋਂ ਕੁਰਬਾਨੀਆਂ ਦੇ ਕੇ ਉਹ ਆਜ਼ਾਦ ਕਰਾਈ ਸੀਗੇ ਗੁਰਦੁਆਰੇ ਉਹਨਾਂ ਦੇ ਵੱਖ-ਵੱਖ ਨਿੰਗ ਸਿੰਘ ਹੈਗੇ ਨੇ ਉਹਨਾਂ ਦੇ ਦੂਜੇ ਜਥੇ ਜੇ ਪੋਲੀਟੀਕਲ ਵਿੰਗਸ ਵੀ ਕਹੀਏ ਤਾਂ ਉਹ ਵੀ ਕਹੀ ਨੇ ਉਹ ਆਪਸ ਵਿੱਚ ਸੋਚਣ ਜੋ ਵੀ ਕਰਨਾ ਸਿੱਖਾਂ ਦੇ ਮਾਮਲੇ ਨੂੰ ਸਿੱਖਾਂ ਨੂੰ ਨਜਿੱਠਣ ਦੇਣਾ ਚਾਹੀਦਾ ਹੈ ਨਾ ਕਿ ਉਹਨਾਂ ਨੂੰ ਸਰਕਾਰ ਆਪ ਨਜਿੱਠੇ ਲਗਲ ਤਾਂ ਇੰਨੀ ਹੈ ਉਹਦੇ ਵਿੱਚ ਭਗਵੰਤ ਮਾਨ ਇੱਕ ਜਿਵੇਂ ਹੁੰਦਾ ਨਾ ਵੀ ਨੀਣੋ ਵੇ ਨਹੀਂ ਹੋਣ ਵਾਲੀ ਗੱਲ ਰੋਲ ਜਮੀਤ ਪਾ ਕੇ ਮੈਨੂੰ ਮੈਨ ਨਹੀਂ ਹੋ ਰਹੇ ਨੇ ਹੁਣ ਮੈਂ ਸਵਾਲ ਇੱਕ ਕਰਦਾ ਇੱਥੇ ਦੰਬਾ ਨਹੀਂ ਕਰਾਂਗਾ ਗੱਲ ਨੂੰ ਹਾਲ ਆਗੇ ਪੰਜਾਬ ਚ ਭਵੰਤਮਨ ਜੀ ਤਾਂ 베ੜੀ 'ਚ ਬੈਠ ਕੇ ਜਾ ਰਹੇ ਨੇ 베ੜੀ ਵੀ ਡੁੱਬਣ ਲੱਗੀ ਸੀ ਜਦ ਉਹਨਾਂ ਦੇ ਆਪ ਦੇ MP ਨੇ ਲਿਖਿਆ ਸੀ ਵਾਰ-ਵਾਰ ਵੀ ਇੱਥੇ ਸਿਲਟਰ ਮੂਵ ਕਰੋ ਇਹ ਇਹਦੇ 10 8 6 7 ਗੇਟ ਬੰਦ ਨੇ ਸਿਰਫ 3 ਖੁੱਲਦੇ ਨੇ ਪੁੱਲ ਦੇ ਥੱਲੇ ਰਾਜ ਸਭਾ ਚ ਕੈਸੀ ਉਹਨਾਂ ਤਾਂ ਧਿਆਨ ਨਹੀਂ ਕਰਿਆ ਪਾਣੀ ਦਾ ਠੀਕ ਨਹੀਂ ਕਰਿਆ ਲੋਕਾਂ ਨੂੰ ਕੋਈ ਉਸ ਤਰੀਕੇ ਦੀ ਰਾਹਤ ਤਾਂ ਦੇ ਨਹੀਂ ਸਕੀ ਇਹਦੀ ਬਿਰੋਕਰੇਸੀ ਸਿਵਾਇਆ ਪਟਿਆਲੇ ਜਿਵੇਂ ਦੇ ਜਿੱਥੇ ਡੀਸੀ ਮੜ ਮੜਾ ਵਹਾਂ ਦੀ ਦੇ ਡੀਸੀ ਨੇ ਵੀ ਡੀਸੀ ਨੇ ਵੀ ਕਹਿੰਦੇ ਕਰਿਆ ਕਿ ਸ਼੍ਰੋਮਣੀ ਕਮੇਟੀ ਤਾਂ ਸਾਰੀ ਥਾਂ ਦੇ ਉੱਤੇ ਨੰਬਰ ਜਾਰੀ ਕਰਤੇ ਸੀ ਵੀ ਅਸੀਂ ਲੰਗਰ ਪਚਾਵਾਂਗੇ ਹਰ ਜਗ੍ਹਾ ਤੇ ਉਹਨਾਂ ਬਾਕੀ ਗੁਰਦੁਆਰਿਆਂ ਨੂੰ ਕਹਿੰਦਾ ਸੀ ਇਹ ਹੁਣ ਦੇ ਤਾਜ਼ੀ ਉਦਾਹਰਣ 'ਚ ਮੈਂ ਕਹਿ ਰਿਹਾ ਇਹ ਗੱਲ ਵੀ ਤਾਜ਼ੀ ਉਦਾਹਰਣ ਦੇ ਵਿੱਚ ਗੁਰਦੁਆਰਿਆਂ 'ਚੋਂ ਲੰਗਰ ਦਿੱਤਾ ਗਿਆ ਗੁਰਦੁਆਰਿਆਂ ਦੇ ਨਾਂ ਤੇ ਲੋਕ ਸੇਵਾ ਕਰਦੇ ਨੇ ਕਿ ਸਰਕਾਰ ਤੋਂ ਸੁੱਤੀ ਸਰਕਾਰ ਤੋਂ ਆਪਦੇ ਫੰਕਸ਼ਨ ਤਾਂ ਹੁੰਦੇ ਨਹੀਂ ਇਹ ਕਿਉਂ ਗੁਰਦੁਆਰਿਆਂ 'ਚ ਦਖਲਅੰਦੀ ਕਰਦੀ ਆ ਕੀ ਲੋੜ ਐ ਇਸ ਨੂੰ ਸੋ ਇਸ ਕਰਕੇ ਗੰਭਤ ਕਰ ਰਹੇ ਨੇ ਬਿਲਕੁਲ ਜਿਹੜੀ ਪੰਜਾਬ ਦੀ ਸਰਕਾਰ ਐ ਇਹ ਦਖਲਅੰਦਾਜ਼ੀਆਂ ਕਰ ਰਹੀ ਐ ਸਿੱਖ ਧਰਮ 'ਚ ਇਹਦਾ ਖਮਿਆਜਾ ਪੂਰਾ ਪੰਜਾਬ ਭੁਗਤੇਗਾ ਮੈਂ ਅੱਜ ਕਹਿਣਾ ਇਹਨਾਂ ਨੇ ਤਾਂ ਰਾਜ ਰੂਜ ਇਹਨਾਂ ਦਾ ਜਾਜਾ ਹੋਣਾ ਹੋਣਾ ਇਹਦਾ ਖਮਿਆਜਾ ਜਿਹੜਾ ਪੰਜਾਬ ਨੂੰ ਪੁੱਤਣਾ ਪੂ ਉਹ ਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ ਇਹ ਗੱਲ ਬੜੇ ਪੁੱਠੇ ਪਾਸੇ ਲਿਜਾ ਰਹੇ ਨੇ ਯਾਨੀ ਜਦੋਂ ਇੱਧਰ ਪਿੰਡਾਂ ਵਾਲੇ ਖੜੇ ਦੇ ਵਿੱਚ ਕੋਈ ਕਹਿੰਦਾ ਉਹਨੇ ਕਲੇਜੀ ਕੋਈ ਨਹੀਂ ਕਹਿੰਦੇ ਸੀ ਪਰ ਜਿਹੜਾ ਅਕਾਲੀ ਨਰਨਕਾਲੀ ਕਲੈਸ਼ ਹੋਇਆ ਸੀ ਉਹਨੇ ਪੰਜਾਬ ਦੀ ਬਰਬਾਦੀ ਦਾ ਮੁੱਖ ਬੰਦ ਬਣਤਾ ਸੀ ਉਹ ਬਰਬਾਦ ਪੰਜਾਬ ਹੋ ਗਿਆ 1980 ਕਿ ਅਸੀਂ ਤਾਂ ਕਸੀ ਨੰਬਰ 1 ਸਟੇਟ ਸੀਗੇ ਅਸੀਂ ਕਿਸੇ ਸਾਡੇ ਝੁਕਣ ਦੀ ਲੋੜ ਨਹੀਂ ਸੀ ਸਾਡੇ ਜਮੇ ਕੋਈ ਕਰਜ਼ਾ ਨਹੀਂ ਸੀ ਸਾਡੇ ਐਨ ਸਕੂਲ ਹਸਪਤਾਲ ਸਾਡਾ ਸਾਰਾ ਸਿਸਟਮ ਵਧੀਆ ਚੱਲਦਾ ਸੀ ਨਿੱਕੇ ਮੋਟੇ ਨੁਕਸਾਨ ਇੱਕ ਜਗ੍ਹਾ ਦੀ ਹੁੰਦੇ ਨੇ ਜਿਹੜਾ ਵੀ ਕੰਮ ਕਰੂ ਕੋਈ ਨੁਕਸਾਨੀ ਨਹੀਂ ਨੇ ਕਦੇ ਜਿਹੜਾ ਰੋਜ਼ਦਾਰ ਬਣਾਉਂਦਾ ਸਭ ਕੀ ਉਹਨਾਂ ਦਾ ਕਦੇ ਨਮਕ ਵੱਧ ਘੱਟ ਪਈ ਜਾਂਦਾ ਪਰ ਜੇ ਕੋਈ ਕਹੇ ਸਾਡਾ ਸਿਸਟਮ ਸਭ ਤੋਂ ਵਧੀਆ ਸੀ ਸਾਡਾ ਸੈਟਅਪ ਸਭ ਤੋਂ ਵਧੀਆ ਸੀ ਹੈਲਥ ਦਾ ਸਕੂਲ ਜਿੰਨੇ ਸਕੂਲ ਅਸੀਂ ਖੋਦੇ ਨੇ ਜਿੰਨੀਆਂ ਹੈਲਥ ਇੰਸਟੀਟਿਊਸ਼ਨ ਅਸੀਂ ਖੋਲ੍ਹਿਆ ਨੇ ਪੰਜਾਬ ਚ ਉਹਨਾਂ ਪੂਰੇ ਭਾਰਤ ਦੇ ਕਿਸੇ ਵੀ ਸੂਬੇ 'ਚ ਕਿਸੇ ਵੀ ਸ਼ਹਿਰ 'ਚ ਨਹੀਂ ਹੈਗੀਆਂ ਜਿੰਨੁਰਗਾ ਕਿ ਜਿਹੜਾ ਮਰਜੀ ਮੈਂ ਇਹ ਇਹ ਨੂੰ ਚੁਣੌਤੀ ਦੇ ਤੌਰ ਤੇ ਕਬੂਲ ਕਰਨ ਤਿਆਰ ਹਾਂ ਕਿ ਜਿੰਨੇ ਸੱਦਕੋਲ ਸਿਹਤ ਸਵਾਵਾਂ ਦੀਆਂ ਸੰਸਥਾਵਾਂ ਨੇ ਸਰਕਾਰੀ ਜਿੰਨੀਆਂ ਸਾਡੀਆਂ ਸਿੱਖਿਆ ਦੀਆਂ ਸੰਸਥਾਵਾਂ ਨੇ ਸਰਕਾਰੀ ਉਹਨੀਆਂ ਕਿਸੇ ਇੱਕ ਸੂਬੇ 'ਚ ਦਿਖਾ ਦਿਓ ਛੋਟੇ ਤੋਂ ਛੋਟੇ ਦਿਖਾ ਦਿਓ ਤਾਂ ਮੈਂ ਮੰਨ ਲਾਂਗਾ ਵੀ ਹਾਂ ਯਾਰ ਕਮਾਲ ਹੈ ਇਹਨਾਂ ਦਾ ਵੀ ਸੋ ਇਸ ਕਰਕੇ ਅਸੀਂ ਬਹੁਤ ਤਕੜੇ ਸੀਗੇ ਔਰ ਸਾਰੀਆਂ ਸੀ 1980 ਕੇ ਹਿਸਤ ਤੱਕ ਬਣਾ ਲਿਆ ਸੀ ਮੁੜ ਕੇ ਨੰਟੌਣਾ ਸ਼ੁਰੂ ਕਰ ਦੋ ਵੀ ਯਾਰ ਇਹ ਤਾਂ ਆਏ ਇਹ ਅੰਨ ਵੀ ਪੈਦਾ ਕਰਕੇ ਦੀ ਜਾਂਦੇ ਨੇ ਅੱਜ ਭਵੰਤਮਾਨ ਨੂੰ ਮੇਰੀ ਇਹ ਰਾਏ ਹੈ ਕਿ ਤੁਸੀਂ ਚੀਫ ਮਿਨਿਸਟਰੀ ਕਰੋ ਤੁਸੀਂ ਦਖਨ ਦਾ ਜਿਹਨਾਂ ਸਤਿਕਾਰ ਮੈਂ ਗੁਰਸਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਮੌਜੂਦ ਨੇ ਉਹਗੇ ਵਿਦਵਾਨ ਡਾਕਟਰ ਪੈਰਲਾਲ ਗਰਕ ਸਾਹਿਬ ਗਰਕ ਸਾਹਿਬ ਸਤਿਕਾਰ ਸਵਾਗਤ ਹੈ ਤੁਹਾਡਾ ਸਤਿਕਾਰਯੋਗ ਜੀ ਸ਼ੁਕਰੀਆ ਜੀ ਬਖਵਾਤ ਜੀ ਗਰਗ ਸਾਹਿਬ ਗੁਰਵਾਣੀ ਪ੍ਰਸਾਰਣ ਦਾ ਮਾਮਲਾ ਇੱਕ ਅੱਜ ਇੱਕ ਵੱਡੀ ਡਿਬੇਟ ਦਾ ਇਸ਼ੂ ਹੈ ਹਾਲਾਂਕਿ ਥੋੜੇ ਥੋੜੇ ਸਮੇਂ ਦੇ ਉੱਪਰ ਪੀਟੀਸੀ ਜਾਂ ਸ਼੍ਰੋਮਣੀ ਕਮੇਟੀ ਨੂੰ ਸਵਾਲ ਹੁੰਦੇ ਰਹੇ ਨੇ ਪਰ ਜਦੋਂ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪੈ ਜਾਂਦਾ ਗਵਰਨਰ ਨੂੰ ਭੇਜਿਆ ਜਾਂਦਾ ਮਤਾ ਉਸ ਵੇਲੇ ਸਿਆਸਤ ਬਿਲਕੁਲ ਭੱਜ ਜਾਂਦੀ ਹੈ ਮਾਮਲਾ ਵੀ ਇਹ ਫਿਰ ਉਹ ਫੜ ਜਾਂਦਾ ਸ਼੍ਰੋਮਣੀ ਕਮੇਟੀ ਕਹਿੰਦੀ ਕਿ ਅਸੀਂ 24 ਜੁਲਾਈ ਤੋਂ ਚੈਨਲ ਸ਼ੁਰੂ ਕਰਾਂਗੇ ਜਿਹੜੇ ਸਾਡੀ ਪੀਟੀਸੀ ਨਾਲ ਪ੍ਰਕਿਰਿਆ ਸੀ ਉਹ ਤੇ ਇਹ ਨੂੰ ਖਤਮ ਹੋ ਜੂਗੀ 24 ਨੂੰ ਅਸੀਂ ਆਪਣਾ ਚੈਨਲ ਲਾਂਚ ਕਰ ਦਾਂਗੇ ਪਹਿਲਾਂ YouTube ਫਿਰ ਅਸੀਂ ਆਪਣਾ ਸੈਟਲਾਈਟ ਚੈਨਲ ਲਾਂਚ ਕਰ ਦਾਂਗੇ ਅੱਜ ਜਥੇਦਾਰ ਸਾਹਿਬ ਦਾ ਇਹ ਬਿਆਨ ਆਇਆ ਸ਼ਰਮਣੀ ਕਮੇਟੀ ਵੀ ਕਿ ਅਸੀਂ ਪੀਟੀਸੀ ਨੂੰ ਅਪੀਲ ਕਰਦੇ ਹਾਂ ਜਦੋਂ ਤੱਕ ਸਾਡਾ ਚੈਨਲ ਸੈਟਲਾਈਟ ਨਹੀਂ ਹੁੰਦਾ ਤੁਸੀਂ ਆਪਣੀ ਸੇਵਾਵਾਂ ਜਾਰੀ ਰੱਖੋ ਅੱਜ ਤੇ ਭਗਵਾਨ ਤੁਮਾਨ ਸਾਹਿਬ ਨੇ ਵੀ ਟਵੀਟ ਕੀਤਾ ਸਾਭ ਕੁਝ ਹੋਣ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਬਿਲ ਆਉਣ ਤੋਂ ਬਾਅਦ ਸ਼ਰਮਣੀ ਕਮੇਟੀ ਦਾ ਆਪਣਾ ਇੱਕ ਪ੍ਰੋਸੈਸ ਤੁਰੰਤ ਤੋਂ ਬਾਅਦ ਸਭ ਕੁਝ ਕੰਪਲੀਟ ਹੋਣ ਤੋਂ ਬਾਅਦ ਇੱਕ ਫੇਰ ਜਿਹੜੀ ਡਿਬੇਟ ਸ਼ੁਰੂ ਹੋਗੀ ਜਾਂ ਸਿਆਸੀ ਗਲਿਆਰਿਆਂ ਦੇ ਵਿੱਚ ਜਿਹੜੀ ਸਿਆਸਤਦਾਨਾਂ ਵੱਲੋਂ ਸਿਆਸਤ ਸ਼ੁਰੂ ਹੋਗੀ ਇਸ ਨੂੰ ਪੰਜਾਬ ਦੇ ਜਿਹੜੇ ਲੋਕ ਨੇ ਡਾਕਟਰ ਸਾਹਿਬ ਕਿਸ ਸੰਦਰਭ ਦੇ ਵਿੱਚ ਲੈਣ ਕਿਹੜੇ ਅਰਥਾਂ ਦੇ ਵਿੱਚ ਲੈਣ ਜੀ ਦੇਖੋ ਕੰਗੂ ਸਾਹਿਬ ਕਿ ਗੁਰਬਾਣੀ ਸਭ ਪਾਸ ਜਾਵੇ ਇਹ ਤਾਂ ਕੋਈ ਮਤਭੇਦ ਨਹੀਂ ਹੈ ਇਹ ਤਾਂ ਸਾਰੇ ਪਹਿਨਾਂ ਹੀ ਚਾਹੁੰਦੇ ਸੀ ਬਲਕਿ ਅਸੀਂ ਤਾਂ ਐਚ ਇੱਕ ਪ੍ਰੈਸ ਕਾਨਫਰੰਸ ਕਰੀ ਸੀ 2 ਸਾਲ ਪਹਿਨਾ 1.5 ਸਾਲ ਪਹਿਨਾ ਗੁਰੂ ਸਿੰਘ ਸਵਾਦੇ 22 ਸੈਕਟਰ ਚ ਇਸੇ ਇਸ਼ੂ ਤੇ ਕਿ ਗੁਰਬਾਣੀ ਸਭ ਵਾਸਤੇ ਹੋਣੀ ਚਾਹੀਦੀ ਹੈ ਜੇ ਇਹ ਇੱਕ ਚੈਨਲ ਦਾ ਇਹਦੇ ਤੇ ਇੱਕ ਅਧਿਕਾਰ ਨਹੀਂ ਹੋਣਾ ਚਾਹੀਦਾ ਚਾਹੇ ਮੁਫਤ ਵੀ ਕਿਉਂ ਨਾ ਕਰਦਾ ਹੋਵੇ ਮੁਫਤ ਦੇ ਵਿੱਚ ਵੀ ਤੁਸੀਂ ਇੱਕ ਸੇਵਾ ਦਾ ਇੱਕ ਅਧਿਕਾਰ ਤੇ ਤੁਹਾਨੂੰ ਮਿਲ ਸਕਦਾ ਕੋਈ ਕਹੇ ਮੈਂ ਹੀ ਕਰ ਲੇ ਇੱਥੇ ਕਹਿੰਦੇ ਆ ਨਾ ਅਸੀਂ ਵੀ ਪੱਕਾ ਫੇਰ ਨਾ ਪਾਣੀ ਢੋਵਾਂ ਬਾਬਾ ਤੇਰੀਆਂ ਸੰਗਤਾਂ ਨੂੰ ਜਾਂ ਜੁੱਤੀਆਂ ਦੀ ਸੇਵਾ ਜਾਂ ਲੰਗਰ ਦੇ ਭਾਂਡਿਆਂ ਦੀ ਸੇਵਾ ਹੁਣ ਇਹ ਥੋੜਾ ਵੀ ਇੱਕ ਬੰਦਾ ਠੇਕਾ ਲੈ ਵੀ ਮੈਂ ਹੀ ਸੇਵਾ ਕਰੂੰਗਾ ਜੀ ਮੈਂ ਤੇ ਬਾਕੀ ਨਹੀਂ ਕੋਈ ਕਰ ਸਕਦਾ ਇੱਥੇ ਜੇ ਸੇਵਾ ਕਰਨ ਤੋਂ ਜਿਹੜਾ ਵੀ ਕਰਨਾ ਸੋ ਇਸ ਕਰਕੇ ਜੇ ਪੀਪੀਸੀ ਦੀ ਗੱਲ ਮੰਨ ਵੀ ਲਈ ਜਾਵੇ ਕਿ ਉਹਨਾਂ ਨੇ ਕੋਈ ਤੋ ਕੋਈ ਵਪਾਰ ਖਰਾਬ ਨਹੀਂ ਲੈਣਾ ਮੁਨਾਫੇ ਦੀ ਗੱਲ ਨਹੀਂ ਮੈਂ ਕਰ ਰਿਹਾ ਵਪਾਰਕ ਲਾਭ ਵਪਾਰਕ ਲਾਭ ਕੱਲੇ ਪੈਸੇ ਦੇ ਰੂਪ ਚ ਨਹੀਂ ਹੁੰਦਾ ਵਪਾਰ ਫੈਲਣਾ ਵੀ ਤਾਂ ਉਸ ਗੱਲ ਕਰਕੇ ਜਿਆਦਾ ਹੋ ਜਾਂਦਾ ਨਾ ਜਿਵੇਂ ਫਰਾਂ ਨੇ ਕਹਿੰਨੇ ਉਹ ਜੀ ਫਰਾਂ ਨੇ ਫਲਾਣਾ ਬੰਦਾ ਵੀ ਇਹਨਾਂ ਦੀ ਦੁਕਾਨ ਤੋਂ ਸੌਦਾ ਲੈਂਦਾ ਇਹਦਾ ਮਤਲਬ ਹੈ ਉਹਦੇ ਸੌਦਾ ਚਾਹੇ ਉਹਨੂੰ ਮੁਫਤ ਵੀ ਦੇ ਦੇਣ ਲੋਕਾਂ ਦੇ ਵਿੱਚ ਉਹਦੀ ਪਰਚੂ ਬਣ ਜਾਂਦੀ ਹੈ ਸੋ ਗੁੱਡ ਵਿਲ ਜਿਹਨੂੰ ਕਹਿੰਦੇ ਨੇ ਪਰਤ ਪਰਤ ਕਹਿੰਦੇ ਆ ਅਸੀਂ ਪੰਜਾਬੀ ਵਿੱਚ ਸੋ ਪਰਤ ਬਣਾਉਣ ਦੇ ਵਿੱਚ ਵੀ ਬੜੀ ਵੱਡੀ ਭੂਮਿਕਾ ਹੁੰਦੀ ਹੈ ਸੋ ਜੀ ਉਹਨਾਂ ਨੇ ਵਪਾਰ ਕਲਾਬ ਲੈਂਦੇ ਨੇ ਜਾਂ ਨਹੀਂ ਲੈਂਦੇ ਇਸ 'ਚ ਨਾ ਵੀ ਜਾਈਏ ਕਿ ਉਹਨਾਂ ਨੂੰ ਇਹ ਚੈਨਲ ਦੇ ਉੱਤੇ ਰੋਕਣੀ ਬੀਬੀ ਜੀ ਗਿੱਕੋ ਨੇ ਆਪ ਕਿਹਾ ਸੀ ਵੀ ਦੇਖੋ ਜੀ ਮੈਨੂੰ ਪੁੱਛਿਆ ਗਿਆ ਕਿ ਜੀ ਤੁਸੀਂ YouTube ਤੇ ਕਿਉਂ ਰਿਲੇ ਕਰ ਰਹੇ ਹੋ ਆ ਕੋਈ ਇਵੈਂਟ ਸੀ ਜਿਹੜਾ ਨਗਰਵਾਰ ਹੋ ਰਹੀਆਂ ਸੀ ਉੱਥੇ ਸੋ ਉਹ ਤਾਂ ਹੈਗਾ ਵੀ ਪੀਟੀਸੀ ਦੇ ਕੋਈ ਵੈਸਟਰਨ ਇੰਟਰਸਟ ਹੈਗੇ ਨਹੀਂ ਇਹ ਚ ਕੋਈ ਦੋ ਰਾਇ ਨਹੀਂ ਹੈ ਪਰ ਇਹ ਸਮਝਣਾ ਕਿ ਵੀ ਜਿਹੜਾ ਭਗਵੰਤ ਮੰਗ ਜੀ ਨੇ ਕਰਿਆ ਉਹ ਸਰਕਾਰ ਦੀ ਦਖਲਅੰਦੀਆ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਜਿਹੜਾ ਸ਼ੌਮ ਨਹੀਂ ਇੱਕ ਜਿਹੜਾ ਗੁਰਦੁਆਰਾ ਐਕਟ ਹੈ ਜਿਹੜਾ 1925 ਦਾ ਸਿੱਖ ਗੁਰਦੁਆਰਾ ਐਕਟ ਹੈ ਉਹਦਾ ਨਾਮ ਪਹਿਲਾਂ ਉਹਦਾ ਨਾਮ ਸੀ 1922 ਚ ਬਣਿਆ ਸੀ ਸਿੱਖ ਸ਼ਰਾਈਨ ਐਕਟ ਜਿਹੜਾ ਸਿੱਖ ਗੁਰਦੁਆਰਾ ਕਾਨੂੰਨ ਹੈ ਇਹ ਕਾਨੂੰਨ ਸਰਕਾਰ ਨੇ ਯੱਕ ਮੁਸਲਮੀ ਬਣਾਤਾ ਐਸਜੀਪੀਸੀ ਸਟੈਬਲਿਸ਼ ਹੋ ਚੁੱਕੀ ਸੀ 1920 ਚ ਗੁਰਦੁਆਰਾ ਸੁਧਾਰ ਨਹਿਰ ਦੇ ਵਿੱਚੋਂ ਨਿਕਲ ਕੇ ਆਇਆ ਸੀ ਤੇ ਜਿਹੜਾ ਨਿਕਲ ਕੇ ਆਇਆ ਸੀ ਉਹਦਾ ਮਤਲਬ ਇਹ ਹੈ ਵੀ ਉਹ ਸਿੱਖਾਂ ਦੀ ਕੋਸ਼ਿਸ਼ ਨਾਲ ਬਣਿਆ ਹੋਇਆ ਸੀ ਸਿੱਖਾਂ ਦੇ ਸਟਰਗਲ ਕਰਕੇ ਬਣਿਆ ਸੀ ਨਾ ਕਿ ਸਰਕਾਰ ਨੇ ਸੁਭੋ ਮੋਟੋ ਆਪੇ ਬਣਾਇਆ ਸੀ ਸੁਭੋ ਮੋਟੋ ਜਿਹਨੂੰ ਕਹਿੰਦਾ ਆਪਣੇ ਆਪ ਹੁਣ ਵੀ ਇਹਦੇ ਵਿੱਚ ਜੇ ਕੋਈ ਤਰਮੀਮ ਕਰਨੀ ਸੀ ਜਦ ਵੀ ਤਰਮੀਮਾਂ ਹੋਈਆਂ ਨੇ ਉਦੋਂ ਵੀ ਉਹਨਾਂ ਦੀ ਰਾਏ ਨਾਲ ਹੀ ਕਰੀ ਜਾਂਦੀਆਂ ਸੀ ਹੁਣ ਵੀ ਜੇ ਕੋਈ ਤਰਮੀਮ ਕਰਨੀ ਸੀ ਤਾਂ ਰਾਏ ਨਾਲ ਕਰਨੀ ਚਾਹੀਦੀ ਸੀ ਪਹਿਲੀ ਗੱਲ ਤਾਂ ਦੂਜੀ ਗੱਲ ਇਹ ਹੈ ਵੀ ਭਗਵੰਤ ਮਾਨ ਨੇ ਤਰਮੀਮ ਕਰਨ ਵੇਲੇ ਕਾਨੂੰਨ ਦਾ ਧਿਆਨ ਹੀ ਨਹੀਂ ਰੱਖਿਆ ਜਿਨ੍ਹਾਂ ਪੰਜਾਬ ਸਰਕਾਰ ਨੇ ਪੰਜਾਬ ਦੀ ਅਸੈਂਬਲੀ ਨੇ ਜਿਨ੍ਹਾਂ ਨੇ ਤਰਮੀਮ ਪਾਸ ਕਰੀ ਹੈ ਵਿੱਚੇ ਕਾਂਗਰਸੀ ਕਹਿੰਦੇ ਨੇ ਵਾਕ ਆਊਟ ਕਰ ਗਏ ਸੀ ਵਿੱਚ ਕੋਈ ਹੋਰ ਜਿਹੜਾ ਵੀ ਬੈਠਿਆ ਇਹਦਾ ਮਤਲਬ ਉਹਨਾਂ ਨੇ ਕਾਨੂੰਨ ਨੂੰ ਪੜਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਾਨੂੰਨ ਕਾਰਿਆਂ ਨੇ ਕਾਨੂੰਨ ਕਾਰਿਆਂ ਨੂੰ ਕਾਨੂੰਨ ਦਾ ਤਾਂ ਪਤਾ ਹੋਣਾ ਚਾਹੀਦਾ ਸੀ ਇਹ ਜਿਹੜਾ ਬਦਲਾ ਉਹਨਾਂ ਨੇ ਕਿਰੇ 125ਏ ਪਾਈ ਹੈ ਇਹ ਪੰਜਾਬ ਦੀ ਅਸੈਂਬਲੀ ਕੋਲ ਕੋਈ ਅਧਿਕਾਰ ਨਹੀਂ 125ਏ ਪਾਉਂਦਾ ਹੂੰ ਕਿਉਂਕਿ ਜਿਹੜਾ ਸ਼੍ਰੋਮਣੀ ਕਮੇਟੀ ਹੈ ਇਹ ਬਾਡੀ ਕਾਰਪੋਰੇਟ ਹੈ ਇਹਦੇ ਉੱਤੇ ਜਿਹੜਾ ਸ਼੍ਰੋਮਣੀ ਕਮੇਟੀ ਦੇ ਕੰਮ 'ਚ ਕੋਈ ਇਹ ਉੱਥੇ ਕਮੇਟੀ ਬਣਾਉਣ ਦਾ ਪਾਵ ਨਹੀਂ ਉਸੇ ਚੈਪਟਰ ਦੇ ਵਿੱਚ ਤੀਜਾ ਹਿੱਸਾ ਹੈ ਕਾਨੂੰਨ ਦਾ ਪਹਿਲਾ ਦੂਜਾ ਉਹਦੇ 'ਚ ਹੀ ਨਹੀਂ ਕਾਰਪੋਰੇਟ ਚ ਤੀਜੇ ਹਿੱਸੇ 'ਚ ਵੀ ਕਦੀ ਸ਼੍ਰੋਮਣੀ ਕਮੇਟੀ ਉਹਦੇ 'ਚ ਆਇਆ ਅਕਾਲ ਤਖਤ ਤੋਂ ਉਹਦੇ ਵਿੱਚ ਨਹੀਂ ਹੈ ਕਮੇਟੀਆਂ ਉਹਦੇ ਵਿੱਚ ਨਹੀਂ ਕਿਤੇ ਉੱਥੇ ਕਮੇਟੀ ਬਣਾਉਣ ਦੇ ਵੀ ਭਾਈ ਇਹਦੇ ਵਿੱਚ ਜਿਹੜਾ ਹੈਗਾ ਛਾਉਣੀ ਕਮੇਟੀ ਦੇ ਵੀ ਮੈਂਬਰ ਹੋਣਗੇ ਸਿੱਖ ਸੰਸਥਾਵਾਂ ਦੇ ਵੀ ਹੋਣਗੇ ਤੇ ਸਰਕਾਰ ਦੇ ਵੀ ਦੋ ਨੁਮਾਇंदे ਹੋਣਗੇ ਉਹ ਫੈਸਲਾ ਕਰਨਗੇ ਉਹ ਵੀ ਗੁਰਵਾਨੀ ਸਾਹਿਬ ਨੂੰ ਮਿਲੇ ਨਾਲੇ ਉਹ ਸੈਟਸਾਈਟ ਨਹੀਂ ਹੋਣਾ ਸੀ ਨਾਲੇ ਗਵਰਨਰ ਸਾਹਿਬ ਨੂੰ ਰੋਕ ਨਹੀਂ ਸਕਦੇ ਸੀ ਤੇ ਹੁਣ ਜਿਹੜਾ ਹੈਗਾ ਐਸਜੀਪੀਸੀ ਵਾਲੇ ਜਾ ਕੇ ਮੈਨੂੰ ਚਲੇ ਗਏ ਗਵਰਨਰ ਸਾਹਿਬ ਨੂੰ ਕਿ ਜੀ ਤੁਸੀਂ ਇਸ ਨੂੰ ਇੱਥੇ ਮੋਹਰ ਨਾ ਲਾਇਓ ਗਵਰਨਰ ਸਾਹਿਬ ਤੇ ਮੋਹਰ ਲਾਈ ਨਹੀਂ ਸਕਦੇ ਕਿਉਂਕਿ ਇਹ ਐਕਟ ਪੰਜਾਬ ਦੀ ਅਸੈਂਬਲੀ ਦਾ ਹੈ ਹੀ ਨਹੀਂ ਪਾਸ ਹੀ ਨਹੀਂ ਕਰ ਸਕਦੇ ਇਦਾਂ ਜਿਹੜਾ ਅਮੈਂਡਮੈਂਟ ਹੈ ਐਕਟ ਸਟੇਟ ਦਾ ਐਕਟ ਦੇ ਵਿੱਚੋਂ ਇੱਕ ਹਿੱਸਾ ਉਹਨਾਂ ਕੋਲ ਹੈ ਜਿਵੇਂ ਆਪਾਂ ਇੱਕ ਹਿੱਸਾ ਕਰਾਇ ਤੇ ਦੇ ਦਈਏ ਫਿਰ ਆਪਾਂ ਉੱਥੇ ਪੈਰ ਧਰ ਸਕਦੇ ਸੋ ਇਸ ਕਰਕੇ ਉਹ ਜਿਹੜਾ ਹਿੱਸਾ ਹੈ ਉਹਦੇ ਵਿੱਚ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਮਨਜ਼ੂਰੀ ਜ਼ਰੂਰੀ ਹੈ ਉਦੋਂ ਮੈਂ ਕਹ ਨਹੀਂ ਫਿਰ ਪਾਸ ਹੋਣਾ ਸੋ ਇਹ ਤਾਂ ਟੋਬੇ ਟਸਰਤੀ ਸੋ ਇਸ ਤਰੀਕੇ ਦੇ ਨਾਲ ਪਰ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਜਿੰਨਾ ਟੀਵੀ ਤੋਂ ਟੀਵੀ ਤੋਂ ਹੋ ਰਹੇ ਨੇ ਮੈਨੂੰ ਮੈ ਨਹੀਂ ਹੋ ਰਹੇ ਨੇ ਕੁਝ ਵੀ ਕਰ ਰਹੇ ਨੇ ਮੈਨੂੰ ਇਹ ਲੱਗਦਾ ਵੀ ਭਗੰਤ ਮਾਨ ਪ੍ਰਤਾਪ ਸਿੰਘ ਕੈਰੋਂ ਵਾਲੇ ਜਗਿਆਨੀ ਗਾਇਤ ਸਿੰਘ ਵਾਲੇ ਰਸਤੇ ਆ ਗਿਆ ਪਰ ਤਾਂ ਸਿੰਕਰ ਉਹਨੇ ਮਾਨ ਸੇਵਾਦਾਰ ਖੜਾ ਕਰਿਆ ਸੀ ਕਿ ਉਸਨੇ ਆਪਣਾ ਇੱਕ ਕਾਗੀ ਦਲ ਬਣਾਇਆ ਸੀ ਉਹਦੇ ਵਿੱਚ ਚੋਣਾਂ ਲੜੀਆਂ ਉਸਨੇ ਉਹ ਹਾਰਿਆ ਸੀ ਬੁਰੀ ਤਰ੍ਹਾਂ ਸ਼੍ਰੋਮੀ ਕਮ ਜੀਆਂ ਚੋਣਾਂ ਤੇ ਜਸੇਦਾਰ ਮੋਹਨ ਸਿੰਘ ਤੜ ਜੇਲ੍ਹ ਚ ਹੁੰਦੇ ਹੋਏ ਜਿੱਤ ਲਿਆ ਸੀ ਚੋਣ ਉਹ ਗੱਲ ਵੱਖਰੀ ਆ ਜਿਹੜਾ ਰੌਲਾ ਕਿਉਂਕਿ ਅਸੀਂ ਤਾਂ ਉਦੋਂ ਕਾਲਜਾਂ ਚ ਪੜ੍ਹਦੇ ਸੀ ਵੀ 37 ਵੋਟਾਂ ਦੇ ੱਤੇ ੱਕੇ ਨਾ ਰਾਇਆ ਸੀ ਆਏ ਉਹਦੀਆਂ ਫੋਟਾਂ ਲੱਗੀਆਂ ਹੁੰਦੀਆਂ ਜੇਰ ਚ ਖੜੇ ਹੁੰਦੀਆਂ ਉਹਦਾ ਤਾਂ ਹਿਜਾਰੀ ਜਿਆਦਾ ਤੱਕ ਨਹੀਂ ਹੁੰਦਾ ਸਿਹਾਰ ਲਾਉਂਦੇ ਨਹੀਂ ਕਰ ਸੋ ਇਹ ਕਿਉਂਕਿ ਹੁਣ ਤਾਂ ਦੂਜਾ মিডিਆ ਹੋ ਗਿਆ ਸੋ ਇਸ ਕਰਕੇ ਜਿਹੜਾ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਜਿਹੜਾ ਸਿੱਖਾਂ ਦੇ ਧਾਰਮਿਕ ਮਾਮਲੇ ਨੇ ਉਹਨਾਂ ਮਾਮਲਿਆਂ ਚ ਸਟੇਟ ਦੀ ਦਖਲਅੰਦਾਜ਼ੀ ਹੈ ਜਿਹੜੀ ਇਹ ਸਭ ਤੋਂ ਵੱਡਾ ਖਤਰਨਾਕ ਰੁਝਾਨ ਹੈ ਜੇ ਸਟੇਟ ਚਾਹੇ ਉਹ ਚੰਗਾ ਵੀ ਕਰਦੀ ਹੈ ਮੈਂ ਕਹਿੰਦਾ ਕੱਲ ਨੂੰ ਇਹ ਕਹਿੰਗੇ ਅਸੀਂ ਸੋਡੇ ਲੰਗਰ ਦਾ ਪ੍ਰਬੰਧ ਕਰਾਂਗੇ ਗੁਰਦੁਆਰਾਂ ਜਾ ਕੇ ਇਹਨਾਂ ਨੂੰ ਕੀ ਹੱਕ ਹੈ ਲੰਗਰ ਦਾ ਸਟੇਟ ਨੂੰ ਬਤਾਉਂ ਸਟੇਟ ਲੰਗਰ ਦਾ ਪ੍ਰਬੰਧ ਕਰਨ ਦਾ ਕੀ ਹੱਕ ਹੈ ਸਟੇਟ ਨੂੰ ਬਤਾਰ ਸਟੇਟ ਉੱਥੇ ਵੀ ਸਰੋਵਰ ਦੇ ਵਿੱਚ ਨਹਾਣਗੇ ਕਿੰਨੇ ਲੋਕ ਇਹਦਾ ਕੀ ਉਹਨਾਂ ਨੂੰ ਪ੍ਰਬੰਧ ਦਾ ਹੱਕ ਹੈ ਉਹਦੇ ਅੰਦਰ ਕੌਣ ਜਾਏਗਾ ਇਹਦਾ ਸਟੇਟ ਨੂੰ ਕੀ ਹੱਕ ਹੈ ਵੀ ਅਸੀਂ ਚੈੱਕ ਕਰਾਂਗੇ ਸਿਕਿਉਰਿਟੀ ਦੇ ਨਾਂ ਤੇ ਕਹਿ ਦੇਣ ਇਹ ਤਾਂ ਕੋਈ ਇਹ ਤਾਂ ਫਿਰ ਸਿੱਧੇ ਹੀ ਗੜਬੜ ਕਰਨੀ ਹੋਗੀ ਨਾ ਹੈ ਕੱਲ ਨੂੰ ਕਰਾਂਗੇ ਅਸੀਂ ਇਹਨਾਂ ਦਾ ਲੰਗਰ ਚੈੱਕ ਕਰਾਂਗੇ ਦੇਖਾਂ ਪਤਾ ਨਹੀਂ ਰੋਟੀ ਅੱਛਾ ਸਾਫ਼ ਵੀ ਖਲੋਂਦੇ ਨੇ ਕਿ ਨਹੀਂ ਆ ਫੂਡ ਸੇਫਟੀ ਐਂਡ ਸਿਕਿਉਰਿਟੀ ਐਕਟ ਬਣਾਇਆ ਹੋਇਆ ਜੋਦੇ ਅੰਦਰ ਕਹਿਣਾ ਸੀ ਤੁਹਾਡਾ ਕੀ ਚੈੱਕ ਕਰਾਂਗੇ ਵੀ ਕੀ ਤੁਹਾਡਾ ਸਾਫ ਵੀ ਹੁੰਦਾ ਕਿ ਤੁਸੀਂ ਖਰਾਬੀ ਕੋਈ ਕਰਾਈ ਜਨ ਲੋਕਾਂ ਨੂੰ ਇੱਥੇ ਦਾਲ ਚੈੱਕ ਕਰਾਂਗੇ ਇਹ ਜਿਹੜਾ ਤਾਂ ਤਰੀਕਾ ਨਾ ਆਈ ਫਿਰ ਜਖੰਧਾ ਜੀ ਕਰਨੇ ਸਟੇਟ ਕਦੇ ਵੀ ਕਰ ਸਕਦੀ ਹੈ ਜੇ ਜਿਹੜਾ ਕਈ ਨੂੰ ਅਸਤ ਕਦੇ ਨਹੀਂ ਡੁੱਬੋ ਮੇਰੀ ਗੱਲ ਵੀ ਨੌਜੀ ਆਏ ਹੁਣ ਕੀ ਥੋੜਾ ਚੈੱਕ ਕਰਨ ਜਾਣਗੇ ਉਹ ਭਾਈ ਆਜੇ ਗੁਰਬਾਣੀ ਵਾਲਾ ਐਕਟ ਆ ਪਾਸ ਕਰਿਆ ਇਹ ਕੋਈ ਸੋਚਦਾ ਸੀ ਵੀ ਆਏ ਪਾਸ ਕਰਨਗੇ ਇਹ ਅਪੀਲ ਕਰ ਦਿੰਦੇ ਕਹਿ ਦਿੰਦੇ ਸ਼੍ਰੋਮਣੀ ਕਮੇਟੀ ਨੂੰ ਕੋਈ ਚਿੱਠੀ ਲਿਖ ਦਿੰਦੇ ਇਹ ਤਾਂ ਮੰਨੀਆਂ ਗੱਲਾਂ ਵੀ ਲੋਕਾਂ ਦਾ ਰੌਲਾ ਪੈ ਰਿਹਾ ਤੁਸੀਂ ਆਪ ਦੇ ਆਪ ਇੱਕ politcal ਅਜੰਡਾ ਬਣਾ ਕੇ ਤੁੜਦੇ ਆਪ ਪਾਰਟੀ ਕੋਲ ਸਿੱਖੀ ਦਾ ਕਿਹੜਾ ਕਾਰਾ ਦੱਸੇ ਹਮ ਮੈਂ ਕਿਹੜੇ 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 ਦਿਸ਼ਾ ਤੋਂ ਕਹਿ ਰਹੀ ਆ ਉਹਨਾਂ ਚ ਸਿੱਖ ਹੋ ਸਕਦੇ ਨੇ ਕੰਨੇ ਸਾਨੂੰ ਸਿੱਖਾਂ ਦੇ ਵੋਟਾਂ ਪਾਈਆਂ ਨੇ ਵੋਟਾਂ ਤਾਂ ਸਿੱਖਾਂ ਨੇ ਬਥੇਰੇ ਨੂੰ ਪਾਈਆਂ ਨੇ ਕਾਂਗਰਸ ਨੂੰ ਵੀ ਪਾਉਂਦੇ ਨੇ ਸਿੱਖਾਂ ਉਹਨਾਂ ਇੱਥੇ ਕਿ ਟਵਨ ਜਿਤਾਤਾ ਪਹਿਲਾਂ ਕਾਗਰਸ ਨੂੰ ਜਿਤਾਉਂਦੇ ਸੀ ਕਦੇ ਕਾਂਗਰਸ ਨੂੰ ਜਿਤਾਉਂਦੇ ਨੇ ਬੀਜੇਪੀ ਨੂੰ ਵੀ ਪਾ ਲੈਂਦੇ ਨੇ ਤਾਂ ਫਿਰ ਬੀਜੇਪੀ ਸਿੱਖੋਗੀ ਸੋ ਇਹ ਜਿਹੜੇ ਵੋਟਾਂ ਵਾਲਾ ਆਰਗੂਮੈਂਟ ਦੇਣੇ ਕਿ ਸ਼ਮ ਸਿੱਖਾਂ ਨੇ ਵੋਟਾਂ ਵੜੀਆਂ ਪਾਈਆਂ ਨੇ ਤੁਸੀਂ ਸਰਕਾਰ ਹੋ ਕਿ ਤੁਸੀਂ ਸਰਕਾਰ ਕਿਸੇ ਵੀ ਤਰ੍ਹਾਂ ਕਿਸੇ ਵੀ ਮਾਪਦੰਡ ਤੇ ਮੈਂ ਵੀ ਕਹਿਣ ਨੂੰ ਚਾਹਾਂ ਇਹ ਕਹਿੰਦੇ ਨੇ ਸਾਰੇ ਨੂੰ ਕਿਸੇ ਵੀ ਮਾਪਦੰਡ ਤੇ ਇਹ ਸਿੱਖਾਂ ਦਾ ਜਿਹੜਾ ਸਿੱਖਾਂ ਦੇ ਧਾਰਮਿਕ ਸੰਤ ਦਖਮਦਾ ਜੀ ਦਾ ਇਹਨਾਂ ਨੂੰ ਕੋਈ ਹੱਕ ਨਹੀਂ ਹੈ ਪਰ हां ਕੋਈ ਸੇਵਕ ਦੇ ਤੌਰ ਤੇ ਜਾਣਾ ਉਹ ਗੱਲ ਵੱਖਰੀ ਹੈ ਉਹ ਭਾਵੇਂ ਫਿਰ ਜਿਹੜਾ ਮਰਜ਼ੀ ਹੋ ਉਹਦੇ ਤਾਂ ਕੋਈ ਫਰਕ ਨਹੀਂ ਪੈਂਦਾ ਤੁਸੀਂ ਦਾੜੀ ਰੱਖੀ ਹੈ ਨਹੀਂ ਰੱਖੀ ਤੁਸੀਂ ਸਿੱਖ ਹੈਗੇ ਹੋ ਨਹੀਂ ਹੈਗੇ ਉਹ ਤਾਂ ਸਾਰੇ ਵਾਸਤੇ ਖੁੱਲ੍ਹਾ ਹੈ ਆਦਰਵਾਈਜ਼ ਉਸੇ ਦਖਨਦਗੀ ਦਾ ਨੂੰ ਕੋਈ ਹੱਕ ਨਹੀਂ ਜੇ ਦਖਨਦਗੀ ਕਰਨਗੇ ਤਾਂ ਉਹੀ ਜੀ ਹੋਏਗੀ ਜੇ ਜੀ ਕਿਸੇ ਜ਼ਮਾਨੇ ਚ ਮਾਨਤਾ ਨੂੰ ਬਿਠਾਇਆ ਸੀ ਇਸ ਨੇ ਆਪਣਾ ਅਗਰੇਦ ਨੇ ਕਿ ਫਿਰ ਉਹਨਾਂ ਤੋਂ ਕੁਰਬਾਨੀਆਂ ਦੇ ਕੇ ਉਹ ਆਜ਼ਾਦ ਕਰਾਈ ਸੀਗੇ ਗੁਰਦੁਆਰੇ ਉਸ ਤੋਂ ਬਾਅਦ ਫਿਰ ਜਿਹੜਾ ਸੀ ਉਹ ਤੋਂ ਪਹਿਲਾਂ ਜਿਹੜਾ ਇਹਨਾਂ ਤੇ ਦਾ ਕਬਜ਼ਾ ਹੋਇਆ ਹੋਇਆ ਸੀ ਉਹ ਗੁਰੂ ਸਿੰਘ ਸਵਾ ਨੇ 1873 ਦੇ ਵਿੱਚ ਗੁਰੂ ਸਿੰਘ ਸਵਾ ਕੇਂਦਰੀ ਸਿੰਘ ਸਵਾ ਬਣੀ ਅਲਟੀਮੇਟਲੀ ਲੋਹਾਰ ਦੇ ਵਿੱਚ ਬਣਾਈ ਤੇ ਰਣੋਸ਼ਕਤ ਬਣਾਈ ਉਹ ਸਿੰਘ ਸਵਾ ਨੇ ਉਹਦੇ ਚੜਾਈ ਤਾਂ ਹੀ ਕਹਿੰਦੇ ਆਗੇ ਸਿੰਘ ਸਭੀ ਸਿੰਘ ਸਭੀਏ ਜਿਹੜੇ ਸੀ ਉਹਨਾਂ ਨੇ ਕਰਿਆ ਸੋ ਇਹ ਧਰਮ ਨੂੰ ਸਿੱਖ ਧਰਮ ਦੀਆਂ ਵੱਖ-ਵੱਖ ਸੰਪਰਦਾਵਾਂ ਹੈਗੀਆਂ ਨੇ ਉਹਨਾਂ ਦੇ ਵੱਖ-ਵੱਖ ਨਿੰਗ ਸਿੰਘ ਹੈਗੇ ਨੇ ਉਹਨਾਂ ਦੇ ਦੂਜੇ ਜਥੇ ਜੇ ਪੋਲਿਟੀਕਲ ਵਿੰਗਸ ਵੀ ਕਹੀਏ ਤਾਂ ਉਹ ਵੀ ਕਹੀ ਨੇ ਉਹ ਆਪਸ ਵਿੱਚ ਸੋਚਣ ਜੋ ਵੀ ਕਰਨਾ ਸਿਕਰ ਦੇ ਮਾਮਲਿਆਂ ਨੂੰ ਸਿੱਖਾਂ ਨੂੰ ਨਜਿੱਠਣ ਦੇਣਾ ਚਾਹੀਦਾ ਹੈ ਨਾ ਕਿ ਉਹਨਾਂ ਨੂੰ ਸਰਕਾਰ ਆਪ ਨਜਿੱਠੇ ਲਗਲ ਤਾਂ ਇੰਨੀ ਹੈ ਉਹਦੇ ਵਿੱਚ ਭਗਵੰਤ ਮਾਨ ਇੱਕ ਜਿਵੇਂ ਹੁੰਦਾ ਨਾ ਵੀ ਮੈਨੂੰ ਇਹ ਨਹੀਂ ਹੋਣ ਵਾਲੀ ਗੱਲ ਰੋਜ਼ ਚਵੀਟ ਪਾ ਕੇ ਮੈਨੂੰ ਇਹ ਨਹੀਂ ਹੋ ਰਹੀ ਨੇ ਹੁਣ ਮੈਂ ਸਵਾਲ ਇੱਕ ਕਰਦਾ ਇੱਥੇ ਜ਼ੰਬਾ ਨਹੀਂ ਕਰਾਂਗਾ ਗੱਲ ਨੂੰ ਹਾਲ ਆਗੇ ਪੰਜਾਬ 'ਚ ਭਗਵੰਤ ਮਾਨ ਜੀ ਤਾਂ ਬੇੜੀ 'ਚ ਬੈਠ ਕੇ ਜਾ ਰਹੇ ਨੂੰ ਬੇੜੀ ਵੀ ਡੁੱਬਣ ਲੱਗੀ ਸੀ ਜਦ ਉਹਨਾਂ ਦੇ ਆਪ ਦੇ ਐਮਪੀ ਨੇ ਲਿਖਿਆ ਸੀ ਵਾਰ-ਵਾਰ ਬੀਏ ਤੋਂ ਸਿਰ ਟੂ ਮੂ ਕਰੋ ਇਹ ਇਹਦੇ 10 8 6 7 ਗੇਟ ਬੰਦ ਨੇ ਸਿਰ ਤਿੰਨ ਖੁੱਲਦੇ ਨੇ ਪੁੱਲ ਦੇ ਥੱਲੇ ਰਾਜ ਸਵਾਰ ਚ ਕਾਸੀ ਉਹ ਤਾਂ ਧਿਆਨ ਨਹੀਂ ਕਰਿਆ ਪਾਣੀ ਤਾਂ ਠੀਕ ਨਹੀਂ ਕਰਿਆ ਲੋਕਾਂ ਨੂੰ ਕੋਈ ਉਸ ਤਰੀਕੇ ਦੀ ਰਾਹਤ ਤਾਂ ਦੇ ਨਹੀਂ ਸਕੀ ਇਹਦੀ ਬਿਰੋਕਰੇਸੀ ਸਵਾਇਆ ਪਟਿਆਲਾ ਜਿਲ੍ਹੇ ਦੇ ਜਿੱਥੇ ਡੀਸੀ ਮੜਾ ਮੜਾ ਮਹਾਦੀ ਦੇ ਡੀਸੀ ਨੇ ਵੀ ਡੀਸੀ ਨੇ ਵੀ ਕਹਿੰਦੇ ਕਰਿਆ ਕਿ ਸ਼੍ਰੋਮਣੀ ਕਮੇਟੀ ਤਾਂ ਸਾਰੀ ਥਾਂ ਦੇ ਉੱਤੇ ਨੰਬਰ ਜਾਰੀ ਕਰਤੀ ਸੀ ਵੀ ਅਸੀਂ ਨੰਬਰ ਪਛਾਵਾਂਗੇ ਹਰ ਜਗ੍ਹਾ ਸੀ ਉਹਨਾਂ ਬਾਕੀ ਗੁਰਦੁਆਰਿਆਂ ਨੂੰ ਕਹਿਤਾ ਸੀ ਇਹ ਹੁਣ ਦੀ ਤਾਜ਼ੀ ਆਧਾਰਨ ਚ ਮੈਂ ਕਹਿ ਰਿਹਾ ਇਹ ਗੱਲ ਬਿਤਾਜੀ ਉਦਾਹਰਣ ਦੇ ਵਿੱਚ ਗੁਰਦੁਆਰਿਆਂ ਚੋਂ ਲੰਗਰ ਦਿੱਤਾ ਗਿਆ ਹੈ ਗੁਰਦੁਆਰਿਆਂ ਨੇ ਨਾਂ ਤੇ ਲੋਕ ਸੇਵਾ ਕਰਦੇ ਨੇ ਤੇ ਸਰਕਾਰ ਤੋਂ ਸੁੱਤੀ ਸਰਕਾਰ ਤੋਂ ਆਪਦੇ ਫੰਕਸ਼ਨ ਤਾਂ ਹੁੰਦੇ ਨਹੀਂ ਇਹ ਕਿਉਂ ਗੁਰਦੁਆਰਿਆਂ ਚ ਦਖਲਅੰਦੀ ਕਰਦੀ ਹੈ ਕੀ ਨੋੜ ਹੈ ਇਸ ਨੂੰ ਸੋ ਇਸ ਕਰਕੇ ਗੰਭਤ ਕਰ ਰਹੇ ਨੇ ਬਿਲਕੁਲ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਦਖਲਅੰਦਾਜ਼ੀਆਂ ਕਰ ਰਹੀ ਹੈ ਸਿੱਖ ਧਰਮ ਚ ਇਹ ਦਾ ਖਮਿਆਜਾ ਪੂਰਾ ਪੰਜਾਬ ਪੁੱਤੇਗਾ ਮੈਂ ਅੱਜ ਕਹਿਣਾ ਇਹਨਾਂ ਨੇ ਤਾਂ ਰਾਜ ਰੋਜ ਇਹਨਾਂ ਦਾ ਜਾਜਾ ਹੋਣਾ ਹੋਣਾ ਇਹਦਾ ਖਮਿਆਜਾ ਜਿਹੜਾ ਪੰਜਾਬ ਨੂੰ ਪੁੱਤਣਾ ਪੂ ਉਹ ਪੰਜਾਬੀਆਂ ਨੂੰ ਸਮਝਣਾ ਚਾਹੀਦਾ ਇਹ ਗੱਲ ਬੜੇ ਪੁੱਠੇ ਪਾਸੇ ਲਿ ਜਾ ਰਹੇ ਨੇ ਯਾਨੀ ਗਾਇਲ ਸਿੰਘ ਇੱਧਰ ਪਿੰਡਾਂ ਵਾਲੇ ਖੜੇ ਦੇ ਵਿੱਚ ਕੋਈ ਕਹਿੰਦਾ ਉਹਨੇ ਕਲੇਜੀ ਕੋਈ ਨਹੀਂ ਕਹਿੰਦੇ ਸੀ ਪਰ ਜਿਹੜਾ ਅਕਾਲੀ ਨਰਨਕਾਲੀ ਕਲੈਸ਼ ਹੋਇਆ ਸੀ ਉਹਨੇ ਪੰਜਾਬ ਦੀ ਬਰਬਾਦੀ ਦਾ ਮੁਦਵੰਤ ਬਣਤਾ ਸੀ ਉਹ ਬਰਬਾਦ ਪੰਜਾਬ ਹੋ ਗਿਆ 1980 ਕਿ ਅਸੀਂ ਤਾਂ ਕਸੀ ਨੰਬਰ 1 ਸਟੇਟ ਸੀਗੇ ਅਸੀਂ ਕਿਸੇ ਸਾਡੇ ਝੁਕਣ ਦੀ ਲੋੜ ਨਹੀਂ ਸੀ ਸਾਡੇ ਜਮੇ ਕੋਈ ਕਰਜ਼ਾ ਨਹੀਂ ਸੀ ਸਾਡੇ ਐਨ ਸਕੂਲ ਹਸਪਤਾਲ ਸਾਡਾ ਸਾਰਾ ਸਿਸਟਮ ਵਧੀਆ ਚੱਲਦਾ ਸੀ ਨਿੱਕੇ ਮੋਟੇ ਨੁਕਸਾਨ ਇੱਕ ਜਗ੍ਹਾ ਦੀ ਹੁੰਦੇ ਨੇ ਜਿਹੜਾ ਵੀ ਕੰਮ ਕਰੂ ਕੋਈ ਨੁਕਸਾਨ ਨਹੀਂ ਨੇ ਕਦੇ ਜਿਹੜਾ ਰੋਜ਼ਦਾਰ ਬਣਾਉਂਦਾ ਸਭ ਕੀ ਉਹਨਾਂ ਦਾ ਕਦੇ ਨਮਕ ਵੱਧ ਘੱਟ ਪਈ ਜਾਂਦਾ ਪਰ ਜੇ ਕੋਈ ਕਹੇ ਸਾਡਾ ਸਿਸਟਮ ਸਭ ਤੋਂ ਵਧੀਆ ਸੀ ਸਾਡਾ ਸੈਟਅਪ ਸਭ ਤੋਂ ਵਧੀਆ ਸੀ ਹੈਲਥ ਦਾ ਸਕੂਲ ਜਿੰਨੇ ਸਕੂਲ ਅਸੀਂ ਖੋਦੇ ਨੇ ਜਿੰਨੀਆਂ ਹੈਲਥ ਇੰਸਟੀਟਿਊਸ਼ਨ ਅਸੀਂ ਖੋਲ੍ਹਿਆ ਨੇ ਪੰਜਾਬ ਚ ਉਹਨਾਂ ਪੂਰੇ ਭਾਰਤ ਦੇ ਕਿਸੇ ਵੀ ਸੂਬੇ 'ਚ ਕਿਸੇ ਵੀ ਸ਼ਹਿਰ 'ਚ ਨਹੀਂ ਹੈਗੀਆਂ ਜਿੰਨੁਰਗਾ ਕੇ ਜਿਹੜਾ ਮਰਜੀ ਮੈਂ ਇਹ ਇਹ ਨੂੰ ਚੁਣੌਤੀ ਦੇ ਤੌਰ ਤੇ ਕਬੂਲ ਕਰਨ ਤਿਆਰ ਹਾਂ ਕਿ ਜਿੰਨੇ ਸੱਦਕੋਲ ਸਿਹਤ ਸਵਾਵਾਂ ਦੀਆਂ ਸੰਸਥਾਵਾਂ ਨੇ ਸਰਕਾਰੀ ਜਿੰਨੀਆਂ ਸਾਡੀਆਂ ਸਿੱਖਿਆ ਦੀਆਂ ਸੰਸਥਾਵਾਂ ਨੇ ਸਰਕਾਰੀ ਉਹਨੀਆਂ ਕਿਸੇ ਇੱਕ ਸੂਬੇ 'ਚ ਦਿਖਾ ਦਿਓ ਛੋਟੇ ਤੋਂ ਛੋਟੇ ਦਿਖਾ ਦਿਓ ਤਾਂ ਮੈਂ ਮੰਨ ਲਾਂਗਾ ਵੀ ਹਾਂ ਯਾਰ ਕਮਾਲ ਹੈ ਇਹਨਾਂ ਦਾ ਵੀ ਸੋ ਇਸ ਕਰਕੇ ਅਸੀਂ ਬਹੁਤ ਤਕੜੇ ਸੀਗੇ ਔਰ ਸਾਰੀਆਂ ਸੀ 1980 ਕੇ ਹਿਸਤ ਤੱਕ ਬਣਾ ਲਿਆ ਸੀ ਮੁੜ ਕੇ ਨੰਟੌਣਾ ਸ਼ੁਰੂ ਕਰਦੇ ਵੀ ਯਾਰ ਇਹ ਤਾਂ ਆਏ ਇਹ ਹੰਨ ਵੀ ਪੈਦਾ ਕਰਕੇ ਦੀ ਜਾਂਦੇ ਨੇ ਅੱਜ ਭਵੰਤਮਾਨ ਨੂੰ ਮੇਰੀ ਇਹ ਰਾਏ ਹੈ ਕਿ ਤੁਸੀਂ ਚੀਫ ਮਿਨਿਸਟਰੀ ਕਰੋ ਤੁਸੀਂ ਦਖਲਅੰਦਾਜ਼ੀ ਨਾ ਕਰੋ ਧਰਮਾਂ ਦੇ ਵਿੱਚ ਜੇ ਕੋਈ ਵੱਡੀ ਗੱਲ ਹੋ ਉਦੋਂ ਵੱਖਰੀ ਗੱਲ ਦੇਖਣ ਦੀ ਅੱਜ ਇਹ ਨਾ ਕੋਈ ਤੁਸੀਂ ਕਰੋ ਹਾਂ ਤੁਸੀਂ ਬਿਆਨ ਦੇ ਸਕਦੇ ਹੋ ਬਿਆਨ ਵੀ ਨਹੀਂ ਦੇਣਾ ਚਾਹੀਦਾ ਕਿਉਂਕਿ ਮੁੱਖ ਮੰਤਰੀ ਨੇ ਤੁਸੀਂ ਲਿਖ ਕੇ ਪਈਓ ਆਫੀਸ਼ੀਅਲੀ ਤੁਸੀਂ ਤੁਹਾਡੇ ਕੋਲ ਪਾਵਰ ਹੈ ਲਿਖ ਕੇ ਭੇਜਣ ਦੀ ਕਿ ਭਾਈ ਆ ਗੱਲ ਸਾਡੇ ਸਾਹਮਣੇ ਆ ਰਹੀ ਹੈ ਪਰ ਇਹ ਤੁਸੀਂ ਦੇਖ ਲਓ ਮੈਂ ਤੁਹਾਨੂੰ ਇੱਕ ਛੋਟੀ ਜਿਹੇ ਉਦਾਹਰਨ ਦਿੰਦਾ ਸਰਕਾਰ ਕਿ ਤਰੀਕਾ ਕੰਮ ਕਰਦਾ ਮਸਲ ਮੈਂ ਮੈਂ ਕਿਸੇ ਦਫਤਰ 'ਚ ਬੈਠਾ ਹਾਂ ਵੱਡੇ ਦਫਤਰ 'ਚ ਮੇਰੇ ਕੋਲੇ ਕੋਈ ਥੱਲੇ ਵਾਲੇ ਦਫਤਰ ਵਾਲਾ ਸ਼ਿਕਾਇਤ ਕਰ ਦਿੰਦਾ ਜੀ ਮੇਰਾ ਕੰਮ ਨਹੀਂ ਕਰਦੇ ਮੈਂ ਉਹਦਾ ਫੈਸਲਾ ਆਪ ਨਹੀਂ ਕਰਦਾ ਮੈਂ ਜਿੱਦੀ ਸ਼ਿਕਾਇਤ ਕਰੀ ਉਹਨੂੰ ਭੇਜ ਨਵੇਂ ਭਾਈ ਇਹਨੂੰ ਦੇਖਦਾ ਮੇਰੇ ਵੱਜੋਂ ਭੇਜੇ ਜਾਂਦਾ ਦੇਖਲੇ ਦਾ ਮਤਲਬ ਹੈ ਉਹਨੂੰ ਉਹਨੂੰ ਪਤਾ ਹੋਊਗਾ ਵੀ ਉੱਤੇ ਗੱਲ ਹੋਈ ਹੋਈ ਆ ਮੈਂ ਇਹਨੂੰ ਦੇਖਾਂ ਧਿਆਨ ਨਾਲ ਸੋ ਇਹ ਸਰਕਾਰ ਕੋਲੇ ਇੱਕ ਅਧਿਕਾਰ ਹੈਗਾ ਕਿ ਉਹ ਸ਼੍ਰੋਮੀ ਕਮੇਟੀ ਨੂੰ ਦੇਖ ਕੇ ਭੇਜ ਸਕਦੀ ਹੈ ਬਿਲਕੁਲ ਚ ਉਹ ਉਦੋਂ ਅੱਗੇ ਨਹੀਂ ਟੱਪਣਾ ਚਾਹੀਦਾ ਇਹ ਜਿਹੜਾ ਟੱਪ ਰਹੇ ਨੇ ਇਹ ਲਕਸ਼ਮਣ ਰੇਖਾ ਤੋੜ ਰਹੇ ਨੇ ਇਹ ਰਾਮਕਾਰ ਤੋਂ ਬਾਹਰ ਜਾ ਰਹੇ ਨੇ ਕਿ ਇਹ ਜੇ ਇਦਾਂ ਦੀਆਂ ਛੜੱਪੇ ਮਾਰਨਗੇ ਇਹਨਾਂ ਨੂੰ ਮੈਂ ਛੜੱਪੇ ਮਾਰਨੇ ਕਹਾਗਾ ਹੂੰ ਜੋ ਦੋ ਟੀਮਾਂ ਖੇਡ ਰਹੀਆਂ ਨੇ ਉਹ ਵੀ ਫਾਉਲ ਹੋ ਜਾਂਦੀ ਹੈ ਜਦ ਦੂਜੇ ਦੇ ਗਰਾਊਂਡ ਚਲ ਜਾਂਦੀ ਹੈ ਆਪਾਂ ਦੇਖਿਆ ਨਹੀਂ ਕਬੱਡੀ ਖੇਡਦੇ ਨੇ ਪਾੜੇ ਦੇ ਇੱਧਰ ਤੇ ਇੱਧਰ ਫਰਕ ਤਾਂ ਹੁੰਦਾ ਨਾ ਲਾਈਨ ਹੀ ਹੁੰਦੀ ਹੈ ਨਾ ਹੈ ਤਾਂ ਉਹ ਲਾਈਨ ਤੋੜ ਰਹੇ ਨਹੀਂ ਲਾਈਨ ਤੋੜਨ ਦਾ ਮਤਲਬ ਹੁੰਦਾ ਹੈ ਫਾਉਲ ਖੇਡਣਾ ਉਹੀ ਬਾਲ ਜੇ ਮਤਲਬ ਗਰਾਊਂਡ ਦੇ ਅੰਦਰ ਗਿਰਦੀ ਹੈ ਤਾਂ ਉਹਦਾ ਮਤਲਬ ਹੋ ਰਿਹਾ ਹੈ ਜੇ ਉਹ ਹੀ ਲਾਈਨ ਦੇ ਦੂਜੇ ਪਾਸੇ ਗਿਰਦੀ ਹੈ ਫਰਕ ਤਾਂ ਦੋਨੇ ਪਾਸੇ ਹੀ ਹੈ ਨਾ ਨਹੀਂ ਬਿਲਕੁਲ ਜੇ ਫਿਰ ਉਹਦਾ ਮਤਲਬ ਹੋ ਰਿਹਾ ਹੈ ਫਿਰ ਆਊਟ ਗਈ ਹੈ ਸੋ ਇਸ ਕਰਕੇ ਇਹ ਗੱਲ ਆਪਾਂ ਨੂੰ ਸਮਝ ਨਹੀਂ ਪਾਉਗੀ ਕਿ ਇਹ ਇੱਕ ਲਾਈਨ ਖਿੱਚੀ ਹੋਈ ਆ ਪ੍ਰਸ਼ਾਸਨ ਦੀ ਉਹਦੇ ਚ ਪੋਲਿਟਿਕਲ ਸਰਕਾਰਾਂ ਵੀ ਸ਼ਾਮਲ ਨੇ ਉਹ ਲਾਈਨ ਟਪਣੀ ਨਹੀਂ ਚਾਹੀਦੀ ਭਵੰਤਮਾਨ ਸਰਕਾਰ ਰੋਜ਼ ਟਪਰੀਏ ਬੋਰਡ ਬਾਨੀ ਦੇ ਪਦਰ ਤੇ ਵੀ ਕਾਰੀ ਪਦਰ ਤੇ ਵੀ ਬੋਰਡ ਬਾਨੀ ਦੇ ਪਦਰ ਤੇ ਆਪਾਂ گورنر ਸਾਹਿਬ ਨਾਲ ਦੂ ਕੁਛ ਬੋਲਦੇ ਨੇ ਉਹ ਆਪਾਂ ਦੇਖਿਆ ਹੁਣ ਤੱਕ ਸਰਕਾਰਾਂ ਚੰਗੀਆਂ ਹਈਆਂ ਨੇ ਕੋਈ ਐਦਾਂ ਤੁਸੀਂ ਐਡਰੈਸ ਕਰਦੋ ਅਸੈਂਬਲੀ ਚ ਆਪਾਂ ਇਹਨਾਂ ਨੂੰ ਬੋਲਦੇ ਦੇਖਿਆ ਜਦ ਤੱਕ ਕੋਈ ਹੋਵੇ ਨਾ ਤਾਂ ਵੀਡੀਓ ਪੈਨ ਮੈਂ ਸਾਰੀ ਆਨ ਰਿਪੋਰਟ ਦੇ ਆ ਸਾਰਾ ਕੁਝ ਤੇ ਆਪਾਂ ਇਹਨਾਂ ਨੂੰ ਟਵੀਟ ਟੋ ਟਵੀਟ ਹੁੰਦੇ ਦੇਖਦੇ ਆ ਆਪਾਂ ਇਹਨਾਂ ਨੂੰ ਦਖਲਦਾ ਜੀ ਕਰ ਲਿਆ ਦੇਖਦੇ ਆ ਇਹ ਮੈਨੂੰ ਨਹੀਂ ਲੱਗਦਾ ਵੀ ਇਹ ਆਪਦੀ ਸੀਮਾ ਦੇ ਵਿੱਚ ਰਹਿ ਕੇ ਇਹ ਸਵਿਧਾਨ ਆਪਿਆ ਸਵਿਧਾਨ ਇਹ ਸਵਿਧਾਨ ਨੇ ਡਿਫਾਈਨ ਕਰਿਆ ਸਾਰਾ ਕੁਝ ਐਡੀ ਕੀ ਕਿਤਾਬ ਹੈ ਨਾ ਹੈ ਤਾਂ ਇਹਦੇ ਵਿੱਚ ਸਾਰਾ ਕੁਝ ਜੱਚ ਸਾਗਰ ਬੰਦ ਕਰਿਆ ਹੋਇਆ ਹੈ ਅਰੇ ਕਿੰਨੇ ਗੇਰ ਚ ਬਣਿਆ ਸੀ ਕਿੰਨੀਆਂ ਚਰਚਾਵਾਂ ਹੋ ਕੇ ਕਿੰਨੇ ਸੰਗਲੇ ਬੰਦਾਂ ਨੇ ਬੈਠ ਕੇ ਕੋ ਕੋਈ ਆਇ ਨਹੀਂ ਸੀ ਗਏ ਉਹ ਬਹੁਤ ਸੋਚ ਸੋਚ ਕੇ ਕਰੇ ਹੋਏ ਸੀ ਸੋ ਉਹਨਾਂ ਜਿਨ੍ਹਾਂ ਲੋਕਾਂ ਨੇ ਬਣਾਇਆ ਸੀ ਉਹਨਾਂ ਦੀ ਕਦਰ ਕਰਨਾ ਇਸ ਸਿਧਾਂਤ ਦੇ ਮੁਤਾਬਕ ਇਹਨਾਂ ਕੋਲ ਤਾਕਤ ਹੈ ਜੇ ਇਸ ਬਿਆਨ ਦੇ ਮੁਤਾਬਕ ਭਵੰਤਮਾਨ ਨਹੀਂ ਕਰਨਗੇ ਮੈਂ ਇੱਥੇ ਕਹਿਣ ਨੂੰ ਤਿਆਰ ਆਂ ਫਿਰ ਉਹ ਭਵੰਤਮਾਨ ਨਹੀਂ ਫਿਰ ਮੁੱਖ ਮੰਤਰੀ ਨਹੀਂ ਹੈਗੇ ਉਹ ਮੁੱਖ ਮੰਤਰੀ ਤਾਂ ਹੀ ਨੇ ਜਿਹੋ ਬਤੌਰ ਮੁੱਖ ਮੰਤਰੀ ਕੰਮ ਕਰਦੇ ਨੇ ਇਸ ਸਿਧਾਂਤ ਦੇ ਅਧਾਰ ਕਰਦੇ ਨੇ ਜੇ ਸਿਧਾਂਤ ਤੋੜ ਕੇ ਕਰਦੇ ਨੇ ਫਿਰ ਠੀਕ ਹੈ ਕਿ ਭਵੰਤਮਾਨ ਹੈਗੇ ਨੇ ਉਹਨਾਂ ਨੂੰ ਤਾਕਤ ਮਿਲੀ ਹੋਈ ਹੈ ਉਹ ਆਪਣੀਆਂ ਆਪ ਮਨਮਰਜ਼ੀ ਕਰੀ ਜਾ ਰਹੇ ਨੇ ਉਹ ਫਿਰ ਲੋਕ ਆਪੇ ਸਮਝ ਲੈ ਜਾਂਦੇ ਹੁੰਦੇ ਨੇ ਇਥੋਂ ਐਸਜੀਪੀਸੀ ਨੂੰ ਵੀ ਮੈਂ ਇੱਕ ਵੇਰੀ ਬੈਂਟੂ ਹੈ ਕਿ ਇਹ ਮੌਕਾ ਇਹਨਾਂ ਨੂੰ ਤਾਂ ਮਿਲ ਰਿਹਾ ਕਹਿੰਦੇ ਪੈਸਾ ਖੋਟਾ ਆਪਦਾ ਬਾਨੀਏ ਨੂੰ ਕੀ ਦੋਸ਼ ਆ ਹੁਣ ਵੀ ਜਿਹੜੇ ਇਹਨਾਂ ਨੇ ਟੈਂਡਰ ਟੰਡਰ ਕਰੀ ਸੀ ਉਹਦੇ ਚ ਵੀ ਲੋਕਾਂ ਨੇ ਐਕਸਪੋਜ਼ ਕਰ ਚਾ ਵੀ ਇਹੋ ਠੇਕਾ ਤਾਂ ਮੁੜ ਕੇ ਉਹਨਾਂ ਨੂੰ ਹੀ ਦਿੱਤਾ ਹੈ ਜਿੰਨੇ ਵੀ ਚਿਰਦਾ ਜਿਹੜੇ ਪਹਿਨੇ ਚਲਾਰ ਹੈ ਸੀਗੇ ਤੇ ਹੁਣ ਉਤੋਂ ਦੀ ਦਿਖਾਵੇ ਦੀ ਅਪੀਲ ਵੀ ਕਰਤੀ ਕਿਉਂਕਿ ਜਦੋਂ ਐਕਸਪੋਜ਼ ਹੋ ਗਿਆ ਫਿਰ ਅਪੀਲ ਕਰਤੀ ਇਹ ਤਾਂ ਉਹਨਾਂ ਦੇ ਹੀ ਨੰਨੀ ਛਾ ਵਾਲਿਆਂ ਨੂੰ ਤੁਸੀਂ ਠੇਕਾ ਦਿੰਦੇ ਹੋ ਇਹਦਾ ਮਤਲਬ ਤੁਸੀਂ ਤਾਂ ਇਕੱਲੇ ਦਲ ਚਲਾ ਰਹੇ ਹੋ ਤੁਸੀਂ ਐਸਜੀਪੀਸੀ ਵਾਲਾ ਕੰਮ ਹੀ ਨਹੀਂ ਕਰ ਰਹੇ ਇਸੇ ਕਰਕੇ ਉਹਨਾਂ ਦੀ ਤਾਕਤ ਘਟਾ ਹੈ ਉਹਨਾਂ ਦੀ ਨੈਤਿਕ ਤਾਕਤ ਜਿਹੜੀ ਹੈ ਐਸੇ ਕੁਐਸਚਨ ਤੇ ਹੋ ਜਾਂਦੀ ਹੈ ਤੁਸੀਂ ਸਿੱਧਾ ਤੁਸੀਂ ਕਹੋ ਕੋਈ ਨਹੀਂ ਜੇ ਅਸੀਂ YouTube ਜਿੰਨਾ ਕਿ ਚੰਦਾ ਚੰਦਾ ਅਸੀਂ ਪੂਰਾ ਗੁਰਵਾਨਾ ਪ੍ਰਣਦ ਕਰ ਦਾਂਗੇ ਹੁਣ ਦੇਖੋ ਤੁਸੀਂ ਹੁਣ ਕਹਿੰਦੇ ਜੀ ਸਾਨੂੰ ਕਾਲ ਤਖਤ ਸਾਹਿਬ ਦੇ ਜ਼ਥੇਦਾਰ ਦਾ ਹੁਕਮ ਸੀ ਅਸੀਂ ਤਾਂ ਤਾਂ ਚਲਾਇਆ ਇਹਨਾਂ ਦੇ ਖਿਦਮਤ ਅਸੀਂ ਚਲਾਇਆ ਹੀ ਨਹੀਂ ਇਹਨਾਂ ਨੂੰ ਪੁੱਛੋ ਵੀ ਜ਼ਥੇਦਾਰ ਸਾਹਿਬ ਦਾ ਹੁਕਮ ਤਾਂ ਬਹੁਤ ਪਹਿਲਾਂ ਦਾ ਸੀ ਉਹ ਤਾਂ ਤੁਸੀਂ ਮੰਨੇ ਨਹੀਂ ਉਹਨੋਂ ਤਾਂ ਸਾਨੂੰ ਸੋ ਇਹ ਗੱਲਾਂ ਜਿਹੜੀਆਂ ਨੇ ਨਾ ਬੜੀਆਂ ਸੌਖੀਆਂ ਹੁੰਦੀਆਂ ਨੇ ਕੋਈ ਲੋਕ ਬੇਵਕੂਫ ਨਹੀਂ ਹੈਗੇ ਕੋਈ ਲੋਕਾਂ ਦੇ ਅੱਖਾਂ ਨਹੀਂ ਬੰਦ ਕਰੀਆਂ ਹੋਈਆਂ ਕੋਈ ਲੋਕ ਮੱਛਲੇ ਨਹੀਂ ਬਣ ਕੇ ਬੈਠੇ ਲੋਕਾਂ ਨੂੰ ਸਭ ਦਿਖਦਾ ਕਿ ਭਵੰਤਮਾਨ ਕੀ ਕਰ ਰਿਹਾ ਹੈ ਭਵੰਤਮਾਨ ਦੀ ਸਰਕਾਰ ਕੀ ਕਰ ਰਹੀ ਹੈ ਐਸਜੀਪੀਸੀ ਕੀ ਕਰ ਰਹੀ ਹੈ ਅਕਾਲੀ ਦਲ ਕੀ ਕਰ ਰਿਹਾ ਹੈ ਆ ਅਕਾਲੀ ਦਲ ਤੋਂ ਰੌਲਾ ਨਹੀਂ ਪਿਆ ਜਦ ਇਹਨਾਂ ਨਾਲ ਇੱਕ ਬੀਬੀ ਮਤਲਬ ਅਕਾਲੀ ਦਲ ਦੇ ਤਾਂ ਆਪਾਂ ਨੂੰ ਐ ਪਤਾ ਲੱਗ ਗਿਆ ਨਾ ਬੀਬੀ ਜਿਹੜੀ ਜਿਹਨੂੰ ਕੋਈ ਨਹੀਂ ਜਾਣਦਾ ਅਕਾਲੀ ਦਲ 'ਚ ਜਿਨੇ ਕਦੇ ਜਿਹਦਾ ਕੋਈ ਸਮਾਜ 'ਚ ਕੋਈ ਬਹੁਤ ਵੱਡੀ ਕੰਟ੍ਰਿਬਿਊਸ਼ਨ ਹੈ ਹੀ ਨਹੀਂ ਜਿਸ ਨੇ ਕਦੇ ਪੰਥਕ ਰਾਜਨੀਤੀ ਨਹੀਂ ਸਮਝੀ ਇੱਕ ਅੰਗਣਵਾਲੀ ਆਂਦੀ ਉਹ ਲੀਡਰ ਸੀਗੀ ਤੇ ਉਹਨੂੰ ਤੁਸੀਂ ਚਾਕੇ ਬਣਾਤਾ ਤੇ ਇੱਦਾਂ ਦੀਆਂ ਬੀਬੀਆਂ ਜਿਹੜੀਆਂ ਕੋਈ ਜ਼ਿਲ੍ਹਾ ਪ੍ਰਿਸ਼ੀਰ ਚੇਅਰਮੈਨ ਰਹੀ ਹੈ ਕੋਈ ਔਰਮਨ ਕਮਿਸ਼ਨ ਦੀ ਚੇਅਰਮੈਨ ਰਹੀ ਹੈ ਚੇਅਰਪਸਦਨ ਰਹੀ ਹੈ ਕਿੰਨੀਆਂ ਕਿੰਨੀਆਂ ਉਹਨਾਂ ਕੁਰਬਾਨੀਆਂ ਉਹਨਾਂ ਦੇ ਪਰਿਵਾਰਾਂ ਨੇ ਕੁਰਬਾਨੀਆਂ ਜਿਨ੍ਹਾਂ ਨੇ ਅਕਾਲੀ ਦਲ ਤੋਂ ਉਮਰਾਂ ਵਾਲਾ ਸੀਆ ਉਹਨਾਂ ਨੂੰ ਛੱਡ ਕੇ ਉਹ ਬਣਾਤਾ ਅਕਾਲੀ ਦਲ ਦੇ ਵਿੱਚ ਐਸਜੀਪੀਸੀ ਚੂ ਇਹ ਸਭੋਂ ਠੀਕ ਨਹੀਂ ਹੈ ਪਰ ਉਹਨਾਂ ਦਾ ਮਾਮਲਾ ਹੈ ਮੈਂ ਕੀ ਇਹ ਕਹਣਾ ਉਹਨਾਂ ਦਾ ਮਾਮਲਾ ਉਹ ਠੀਕ ਕਰਨ ਗੱਤ ਕਰਨ ਫਿਰ ਸਿੱਖ ਸੰਗਤਾਂ ਦਾ ਮਾਮਲਾ ਕਿ ਉਹਨਾਂ ਨੂੰ ਠੀਕ ਕਰਨ ਪਰ ਇਹ ਸਰਕਾਰ ਦਾ ਮਾਮਲਾ ਨਹੀਂ ਹੈ ਸਰਕਾਰ ਨੂੰ ਇਹ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ ਡਾਕਟਰ ਸਾਹਿਬ ਬਿਲਕੁਲ ਸਹੀ ਗੱਲ ਹੈ ਕਿ ਪੰਜਾਬ ਦੇ ਵਿੱਚ ਤਾਂ ਬਹੁਤ ਕੰਮ ਕਰਨ ਵਾਲੇ ਪਏ ਨੇ ਬੜੇ ਸੰਕਟ ਨੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਉਹਨਾਂ ਨੂੰ ਹੱਲ ਕਰੇ ਆਪਾਂ ਧਾਰਮਿਕ ਮਾਮਲੇ ਤੋਂ ਬਾਹਰ ਨਿਕਲ ਕੇ ਪੰਜਾਬ ਦੇ ਸਾਹਮਣੇ ਸੰਕਟ ਨੇ ਉਹਨਾਂ ਤੇ ਸਰਕਾਰ ਧਿਆਨ ਦੇਵੇਗਾ ਜੀ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਰਾ ਮਾਮਲਾ ਸਮਝਾਉਣ ਦੇ ਲਈ ਧੰਨਵਾਦ ਸ਼ੁਕਰੀਆ ਬਹੁਤ ਧੰਨਵਾਦ